ਉਧਰ ਸਾਡੇ ਬਹੁਤੀ ਸਤਿਕਾਰਯੋਗ ਭਾਈ ਮਾਲਵਿੰਦਰ ਮੌਜੀ ਸਾਡਾ ਵੀਰ ਇੰਗਲੈਂਡ ਹੈ, ਜਿਹੜਾ ਭਰਾ ਕਹਿੰਦੇ 2-3 ਮਹੀਨੇ ਵੀ ਇੰਡੀਆ ਲਾ ਕੇ ਗਿਆ। ਬਿੱਲੇ ਹੋਰਾਂ ਦਾ ਕਹਿੰਦੇ ਬੜਾ ਪਿਆਰ ਹੈ, ਉਨ੍ਹਾਂ ਦੇ ਫਾਦਰ ਸਾਹਿਬ ਜੀ ਪਹੁੰਚੇ, ਜਿਹਨਾਂ ਵੱਲੋਂ 5500 ਰੁਪਇਆ ਇਸ ਟੂਰਨਾਮੈਂਟ ਲਈ ਵਾਅਦਾ ਕੀਤਾ ਗਿਆ। ਬਹੁਤ ਬੜਾ ਧੰਨਵਾਦ ਹੈ ਮਾਲਵਿੰਦਰ ਦੇ ਫਾਦਰ ਸਾਹਿਬ। ਮੇਰੀ ਬੇਨਤੀ ਹੈ, ਸਟੇਜ ਦੀਆਂ ਕੁਰਸੀਆਂ ਜਿਹੜੀਆਂ ਚਿਹਰਾ ਲੱਗੀਆਂ ਹੋਈਆਂ ਇਧਰਲੇ ਪਾਸੇ ਆ ਜਾਈਏ। ਧੰਨਵਾਦ ਮਾਲਵਿੰਦਰ ਦੇ ਕਹਿੰਦੇ ਫਾਦਰ ਸਾਹਿਬ ਪਹੁੰਚੇ ਹੋਏ ਆ। ਬਾਕੀ ਬਹੁਤ ਬੜਾ ਜਿਹੜਾ ਧੰਨਵਾਦ ਹੋਏਗਾ। ਬੇਨਤੀ ਹੈ ਜਲਦੀ ਦੇ ਨਾਲ ਸਟੇਜ ਉੱਤੇ ਵਿਰਾਜਮਾਨ ਹੋਣਗੇ। ਲਾ ਪਾਲ ਪਾਉਣ ਦੇ ਲਈ ਸਾਹਮਣੇ ਕਹਿੰਦੇ ਗੁਲਾਬ, ਸਾਹਮਣੇ ਦਾ ਕਹਿੰਦੇ ਨਨਹੇੜਾ ਪਿੰਡ ਹੈ ਜਾਂ ਪਾਪੜਾਂ ਦੇ ਕਹਿੰਦੇ ਇਲਾਕੇ ਦਾ ਹੈ ਗੁਲਾਬ, ਕਹਿੰਦੇ ਨਹੇੜੇ ਵਾਲਾ ਇੱਕ ਸਲਾਬ ਦੇ ਇਲਾਕੇ ਦਾ ਕਹਿੰਦੇ ਚੱਕਾ ਨਨਹੇੜਾ ਪਿੰਡ ਬੜਾ ਮਸ਼ਹੂਰ ਹੈ, ਜਿੱਥੋਂ ਕਹਿੰਦੇ ਐਨ ਮੋਟਰਸਾਈਕਲ ਕਹਿੰਦੇ ਪਿੰਡ ਚੱਲਿਆ ਲਾ ਵੀ ਲੰਘ ਵਾਲਿਆ, ਕਦੇ ਕੋਠੇ ਪੁੰਨ ਦੇ ਆਸ਼ੂ ਨੇ ਜਿੱਤੇ ਹੈ, ਕਦੇ ਬੱਲੇ ਬੱਲੇ ਕਰਵਾਈਆਂ, ਕਹਿੰਦੇ ਧੁੰਦੇ ਲੁਧਿਆਣੇ ਵਾਲੇ ਨੇ ਨਨਹੇੜੇ ਵਾਲਾ ਕਹਿੰਦੇ ਗੁਲਾਬ ਵਾਲਾ ਪਾ ਰਿਹਾ। ਪੈਂਦੀ ਹੋਈ ਵਾਲੇ ਦੇ ਪਿੰਡ ਵੀ ਕਿਹੜੇ 2 ਮੇਲੇ ਹੁੰਦੇ ਹੈ, ਇੱਕ ਸਕੂਲ ਦੇ ਕਿਹੜੇ ਵਾਅਦੇ ਜਿਹੜੇ ਹੋ ਗਏ ਹੈ। ਆ ਗਿਆ ਨਿੰਦੀ ਕਿਹੜੇ ਸਰਪੰਚ ਵੱਡਾ ਕਹਿੰਦੇ ਸਾਹਮਣੇ ਤਿਆਰ ਵਰ ਤਿਆਰ, ਆਪਣੇ ਸਮੇਂ ਦਾ ਕਹਿੰਦੇ ਟੌਪ ਦਾ ਖਿਡਾਰੀ ਜਿਹੜਾ ਕਹਿੰਦੇ ਤਿਆਰ ਵਰ ਤਿਆਰ ਹੈ। ਅੱਜ ਮਾਣ ਕੀਤਾ ਕਹਿੰਦੇ ਧੂਰੀ ਵਾਲੇ ਹਰਮਨ ਤੇ ਨਾਲ ਸਾਲੂ ਵਾਲੀ ਰਿੰਕਾ, ਕਹਿੰਦੇ ਫੈਮਿਲੀ ਪਲੇਅਰ ਹੈ, ਗੱਲਾਂ ਕਹਿੰਦੇ ਹੁੰਦੀ ਹੈ ਕਦੇ ਪ੍ਰਸ਼ਾਂਤ ਸੰਗਰੂਰ ਵੱਲ ਵੀ ਆ। ਅੱਜ ਕੱਲ੍ਹ ਕਹਿੰਦੇ ਸਟੂਡੀਓ ਜਿਹੜਾ ਬਿਜ਼ੀ ਹੈ ਤੇ ਕਹਿ ਸਕਦੇ ਹਾਂ ਵੀ ਪ੍ਰਸ਼ਾਂਤ ਵੀ ਕਹਿੰਦੇ ਜੌਬ ਕਰਦਾ ਹੈ, ਗਲੀ ਲੰਘ ਵਾਲਿਆ ਵੱਡੇ ਮਾਣ ਹੁੰਦੇ ਹੈ ਤੇ ਜਦੋਂ ਵੀ ਕਹਿੰਦੇ ਮੇਲਾ ਖੁੱਲ੍ਹਾ ਸ਼ੇਅਰ ਕਰਦੇ ਹੋ ਬਾਈ ਮੈਚ ਨੂੰ ਸਾਰੇ, ਕਹਿੰਦੇ ਪ੍ਰਸ਼ਾਂਤ ਦਾ ਵੱਡਾ ਮਾਣ ਹੁੰਦਾ ਹੈ। ਉਦੋਂ ਜਿਹੜੇ ਭਰਾ ਨੇ ਕੱਟਾ ਪੱਕੀ ਤਾਂ ਅਸੀਂ 10-20 ਪੰਜਾਹ ਜਿੰਨਾ ਵੀ ਹੋ ਸਕਦਾ ਜ਼ਰੂਰ ਕਰਿਓ ਮਾਣ। ਲਓ ਸਾਹਮਣੇ ਕਰਲੇ ਪਾਸੇ ਪੈਂਦੀ ਹੋਈ ਵਾਲ, 4 ਸਕੋਰ ਦੇ ਕਹਿੰਦੇ ਵਾਧੇ ਆਪਣੇ ਟੀਮ ਦੇ ਲਈ ਜੋੜ ਦਿੱਤੇ ਹੈ। ਆਓ 4 ਰਨ ਦੇ ਕਹਿੰਦੇ ਵਾਧੇ ਕਰ ਦਿੱਤੇ ਆ। ਨਿੰਦੀ ਕਹਿੰਦੇ ਪੰਨਾਲ ਪਿੰਡ ਵਾਲਾ ਤੇ ਨਾਲ ਕਹਿੰਦੇ ਵੀ ਯਾਰ ਧੂਰੀ ਵਾਲਾ ਹਰਮਨ ਦੇ ਬੰਦਰੋਂ ਜੋੜੀ ਕਹਿੰਦੇ ਆਈ ਹੈ, ਨਨਹੇੜੇ ਦੇ ਕਹਿੰਦੇ ਗੁਲਾਬ ਦੇ ਅੱਜ ਕੱਲ੍ਹ ਪੱਟੇ ਚਰਚ ਹੁੰਦੇ ਆ, ਪਹਿਲਾਂ ਅੰਦਰ ਖੇੜੀਆਂ ਦੇ ਉੱਪਰ ਦਾ ਕਹਿੰਦੇ ਪੱਟਾ ਬਲ ਬਣ ਗਿਆ ਵੀ ਬੂਟਾ ਹੋਵੇ ਜੇ ਗੁਲਾਬ ਦਾ ਤੂੰ ਸੋਹਣਿਆ ਤੈਨੂੰ ਆਪਣੇ ਫੇੜੇ ਚ ਲਵਾਂ ਲਾ। ਆਓ ਗੁਲਾਬ ਬੱਲੇ 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 ਨੀਂਦੀ 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 ਸਾਹਮਣੇ ਕਹਿੰਦੇ ਵੱਡੀ ਦੌੜ ਦਾ ਪਤਨ ਹੋ ਗਿਆ। ਦੋਹੇ ਵਾਲੇ ਭਰਾ ਵੀ ਕਹਿੰਦੇ ਪੁੱਜੇ ਹੋਏ ਬੀਰੀ ਵਰਗੇ, ਬੜਾ ਧੰਨਵਾਦ ਹੈ। ਭਿੰਦਾ ਕਹਿੰਦੇ ਰਹਿੰਦਾ ਵਿੱਚ USA ਦੇ 2017 ਦੇ ਮੇਲਾ ਕਰਾਇਆ ਸੀ ਲਵੀ ਯੋਧੇ ਹੈ, ਜਦੋਂ ਕਹਿੰਦੀ ਵੀ 2-3 ਸਕੋਰ ਵਾਲਾ ਭਲਵਾਨ ਵਾਲਾ ਹਣੀ ਰਹਿ ਗਿਆ ਸੀਗਾ ਮੋਟਰਸਾਈਕਲ ਜਿੱਦਣ ਕਣੀਓ ਨਵਾਂ ਮੋਟਰਸਾਈਕਲ ਦਿੱਤਾ ਸੀਗਾ ਭਰਾਵਾਂ ਨੇ ਅੰਬਰ ਜਾਣ ਵਾਲੀਆਂ ਦਿੱਤੀਆਂ 2017-18 ਦੀਆਂ ਗੱਲਾਂ ਨੇ। ਭਰਾ ਕਹਿੰਦੇ ਪੁੱਜੇ ਹੋਏ ਹੈ ਇਸ ਇਲਾਕੇ ਦਾ, ਕਹਿੰਦੇ ਮੇਰੇ ਪੰਜਾਬੀ ਨੂੰ ਬੜਾ ਧੰਨਵਾਦ ਕਰਦੇ ਰਣੀ ਕਿਤੇ ਕਿਹੜੇ ਇਲਾਕੇ ਦਾ ਪਿੰਡ ਹੈ, ਬੋਗਲੇ ਦੀ ਧਰਤੀ ਬੋਗਲਾ ਪਿੰਡ ਕਿਹੜੇ ਧਰੋਲੇ ਦੇ ਇਲਾਕੇ ਦਾ, ਉਧਰਲੇ ਪਾਸੇ ਪੈਂਦੀ ਹੋਈ ਵਾਲ ਤੇ ਸਾਲੂ ਵਾਲੀ ਰੇਕਾ ਜਿਹੜਾ ਕਹਿੰਦੇ ਵਾਪਸ ਸਾਲੂ ਵਾਲਾ ਪਿੰਡ ਦਾ ਰੇਕਾ ਕਹਿੰਦੇ ਵਾਪਸ ਮੋੜ ਦਿੱਤਾ ਹੈ। ਚਾਵਣ ਤੇ ਜੇ ਤਿਆਰੀ ਖੇਚੀ ਆਉਂਦਾ ਸੀ ਉਹ ਪਤਾ ਨੀ ਸੀਗਾ ਵੀ ਖੜਨਾ ਨੀ ਪੈਣਾ ਲਾਈਬ੍ਰੇਰੀ ਕੋਲ, ਮੈਂ ਸਿੱਧਾ ਪਿੱਚ ਤੇ ਜਾਣਾ ਪੈਣਾ ਹੈ। ਪਹਿਲਾਂ ਬੱਲੇਬਾਜ਼ੀ ਗਈ ਫਲ ਤੇ ਅੱਜ ਧੂਰੀ ਵਾਲੇ ਸਰਵਰ ਦੇ ਉੱਤੇ ਕਹਿੰਦੇ ਜਿੰਮੇਵਾਰੀ ਜੁੜ ਗਿਆ। ਆਓ ਧੂਰੀ ਵਾਲੇ ਸਰਵਰ ਅੱਜ ਕਹਿੰਦੇ ਵੀ ਯਾਰ ਲੈ ਵੀ ਕਰੈਲ ਬਾਈ ਕੱਪੜੇ ਪਾ ਲਾ, ਹਵਾ ਵੇਖ ਲਾ ਕਿੰਨੀ ਤੇਜ਼ ਚੱਲਦੀ ਹੈ ਵਗਦੀ ਹੈ ਗੁਰਵੀਰ। ਵਾਹ ਜੀ ਵਾਹ, ਕਿਆ ਬਾਤ ਹੈ, ਕਲੱਬ ਦਾ ਖੇਡੀ ਜਾਂਦਾ ਹੈ ਲਵੀ ਕਰਨੈਲ, ਕਲੱਬ ਵਾਲੇ ਮੁੰਡੇ ਹਜੇ ਖੇਡੀ ਜਾਂਦੇ ਨੇ। ਹਾਂ ਇਹ ਕਹਿੰਦਾ ਵੀ 10-20 ਕੀ ਘੱਟਦੇ ਆ ਬਸ, ਹੋਰ ਸਾਰਾ ਕੁਝ ਓਕੇ ਹੈ। ਹਾਂ ਗੱਲ ਕਰੇ ਟਿਕਾਣੇ ਲੱਗੀ ਹੋਈ ਹੈ, ਲੈ ਪਾਸੇ ਲਵੀ ਯੋਧੇ ਆ ਕਰੀ ਗੱਲ ਸ਼ੇਅਰ ਕਰੋ ਮੈਚ ਨੂੰ ਬਾਈ ਸਾਰੇ ਜਾਣੇ ਆਪਣੇ ਬਾਲ ਪਾ ਲੱਕੀ ਮਲਿਕ ਕਹਿੰਦੇ ਪਿਆਰ ਵਰ ਪਿਆਰ ਹੈ ਯਾਰ ਜੁੜ ਗਿਆ ਧੂਰੀ ਵਾਲਾ ਧੂਰੀ ਵਾਲਾ ਧੂਰੀ ਵਾਲਾ ਧੂਰੀ ਬਾਲ ਕਹਿੰਦੇ ਪਾਈ ਡਾਏ ਇੱਕ ਰਨ ਹੋਰ ਜਿਹੜਾ ਜੁੜ ਗਿਆ ਲੈ ਵੀ ਉਧਰ ਕਮਾਲ ਸਾਰੀ ਕਮੇਟੀ ਵੱਲੋਂ। ਹਾਂ 200 ਦੇ ਕਹਿੰਦੇ ਵੱਡੇ ਮਾਣ ਕਰਨੈਲ ਬਾਈ ਲਈ ਆ ਗਏ ਨੇ, ਬੜਾ ਧੰਨਵਾਦ ਆਇਆ ਜਿਹੜੇ ਭਰਾ ਨੇ ਕਹਿੰਦੇ ਕਰਤੱਵ ਕੀਤਾ ਸੀਗਾ, ਵੱਡਾ ਧੰਨਵਾਦ ਕਰਾਂਗੇ। ਹੁਣ ਕਹਿੰਦਾ ਵੀ ਕੰਮ ਜਮਾ ਓਕੇ ਹੈ, ਵੱਡਾ ਧੰਨਵਾਦ ਲਵੀ ਕਰਨੈਲ
ਤੇਰਾ ਵੀ ਧੰਨਵਾਦ ਹੈ ਨੌਜਵਾਨਾਂ। ਜਦੋਂ ਦੇ ਪਾਸੇ ਪੈਂਦੀ ਹੋਈ ਵਾਲ ਧੂਰੀ ਵਾਲਾ ਹਰਮਨ ਜਦੋਂ ਬੱਕਾ ਖੜਾ ਤੇ ਸਕੋਰ ਕਹਿੰਦੇ ਜਿਹੜਾ ਵਧੀਆ ਬਣ ਜਾਣਾ ਹਜੇ। ਅੱਜ ਤੂੰ ਜਿਹੜੀ ਮਰਜ਼ੀ ਲੈ ਲਈ ਕੋਈ ਚੱਕਰ ਹੀ ਨਹੀਂ। ਨਾ ਉਹ ਸਾਹਮਣੇ ਦੇਖਾਂਗੇ ਵੀ ਚਾਵਣ ਉਹਦੇ ਖੁਸ਼ੈੜ ਕਹਿੰਦੇ ਮੁੰਡਾ, ਨਾ ਦੇਖਾਂਗੇ ਪਾਲ ਪਾਉਣ ਦੇ ਲਈ ਤਿਆਰ ਤੇ ਚਾਵਣ ਚਾਵਣ ਬੱਲੇ 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 ਖਿਡਾਰੀ ਥੱਲੇ ਬੱਲੇ ਪਾਲ ਵੀ ਥੱਲੇ ਤੇ ਗੱਲ ਕਹਿੰਦੇ ਪੂਰਨਾ ਦੀ ਸੁਈਏ ਖੇਡਦੇ ਮੈਦਾਨ ਅੰਦਰ ਸਾਲ ਮੈਚ ਪਹਿਲੇ ਇੱਕ ਸੁੱਤਾ ਫਸ ਗਿਆ। ਬਾਕੀ ਕਹਿੰਦੇ ਐਨ ਟੌਪ ਦੀ ਟੀਮ ਆ, ਕਹਿੰਦੇ ਗੋਬਿੰਦਪੁਰਾ ਪਾਪੜਾ ਪਿੰਡ ਹੈ, ਬੰਦੇ ਕਹਿੰਦੇ ਬੇਲਾ ਸੀਹਾਂ ਦੇ ਇਲਾਕੇ ਨੂੰ ਚੱਲ ਕੇ ਆਏ ਹੈ। ਬੇਲਾ ਸੀਹਾਂ ਬੱਲਰਾਂ ਦੇ ਵਿੱਚ 13 ਤਰੀਕ ਨੂੰ ਫਾਈਨਲ ਹੋਵੇਗਾ ਉਸ ਇਲਾਕੇ ਦਾ। ਭਟਾਲ ਕਲਾ ਭਟਾਲ ਖੁਰਦ ਲੇਲ ਕਲਾ ਲੇਲ ਖੁਰਦ ਉਸ ਇਲਾਕੇ ਦੇ ਪਿੰਡ ਉਸ ਇਲਾਕੇ ਦਾ ਹੁਣ ਕਦੇ ਕਿਹੜੇ ਇਲਾਕੇ ਦੀ ਟੀਮ ਲਹਿਰੇ ਕਾਕੇ ਦੇ ਇਲਾਕੇ ਦੀ ਟੀਮ ਉਜੀ ਹੋਈ ਹੈ। ਗੋਬਿੰਦਪੁਰਾ ਪਾਪੜਾ ਪਿੰਡ ਬੰਦੇ ਕਿਹੜੇ ਪੁੱਜੇ ਆ। ਮੋਗੇ ਵਾਲੇ ਭਰਾਵਾਂ ਨੂੰ ਬੇਨਤੀ ਹੈ, ਪਠਾਨਾ ਬੜੀ ਸ਼ਾਮਲ ਜੀ ਤੁਹਾਡਾ ਧੰਨਵਾਦ ਹੈ। ਮੋਗੇ ਵਾਲੇ ਭਰਾ ਜਿਹੜੇ ਪੁੱਜੇ ਹੋਏ ਆ ਮੇਰੀ ਪ੍ਰਸ਼ਾਦਾ ਬੜੀ ਛਕ ਲੈਣ, ਹਰ ਇੱਕ ਸਾਲ ਬੜੇ ਵਧੀਆ ਪ੍ਰਬੰਧ ਹੁੰਦੇ ਆ। ਸਾਡਾ ਕਹਿੰਦੇ ਧੰਨਵਾਦ ਗੋਲਡੀ ਵਧੀਆ ਕੀ ਵਾਲਾ ਕਿਹੜੇ ਗੱਭਰੂ ਫੇਰ ਤਿਆਰ ਵਰ ਤਿਆਰ ਹੈ। ਕੁਲਵਿੰਦਰ ਵੀ ਗਰਮੀ ਦੇ ਖੋਖਰ ਸਟ੍ਰਾਈਕ ਦੇ ਉੱਤੇ ਮੇਰੇ ਰਤਰੋ ਮੁੰਡਾ ਕੱਲੀ ਕੀ ਆ ਗਿਆ ਬੁਗਰੇ ਵਾਲਾ ਲੈਪਟਾਪ ਐਨ ਗੱਲ ਕਰੇ ਟਿਕਾਣੇ ਲੱਗੀ ਹੋਈ ਹੈ। ਕੀਤੀ ਭਰਾ ਵੀ ਕਿਤੇ ਪੁੱਜ ਗਿਆ ਬੁਗਰੇ ਵਾਲਾ, ਹਰ ਇੱਕ ਸਾਲ ਕਿਤੇ ਵੱਡੀ ਹਾਜ਼ਰੀ ਲੈ ਵੀ ਲਾਗ ਵਾਲਿਆ ਕਰਦੇ ਗੱਲ ਨੌਜਵਾਨ ਲਾ ਉਸ ਸਾਹਮਣੇ ਨਾਲ ਪੁਰ ਦੇ ਲਈ ਖਿਡਾਰੀ ਕਿਤੇ ਫੇਰ ਤਿਆਰੀ ਕਰਦਾ ਹੈ। ਐਨ ਭਿੰਦਰ ਆ ਗਿਆ ਸਾਹਮਣੇ ਕਰਨ ਦੇ ਲਈ ਭੁਪਿੰਦਰ ਸਿੰਘ ਭਿੰਦਰ 13 ਰਨਾਂ ਦੇ ਉੱਤੇ ਤਿੰਨ ਖਿਡਾਰੀ ਆਊਟ ਹੋ ਗਏ। ਉਹਨਾਂ ਦੀ ਟੀਮ ਦੇ ਕਹਿੰਦੇ ਬਾਹਰ ਬਹਿ ਗਿਆ ਮੇਰੇ ਵੇਖਾ ਤੇ ਮੈਚ ਕਹਿੰਦੇ ਬੁਰੀ ਤਰ੍ਹਾਂ ਫਸ ਗਿਆ। ਅੱਜ ਧੂਰੀ ਵਾਲੇ ਸ਼ਰਮਾ ਨੂੰ ਧੱਕੀ ਕੱਢਣੀ ਪੈਣੀ ਆ। ਆ ਭਿੰਦਰ ਇਹ ਪਾਲਾਂ ਨਾਲ ਵੀ ਕਮਾਲ ਕਰਦਾ ਪਰ ਅੱਜ ਬੈਟਿੰਗ ਦੇ ਵਿੱਚ ਜ਼ੋਰ ਦਿਖਾਉਣਾ ਪੈਣਾ। ਲਓ 9 ਰਨ ਹੋ ਗਈ ਹੈ, 13 ਦੀ ਕਹਿੰਦੇ 6 ਦੇ ਜਿਹੜੇ ਵਾਧੇ ਕਰ ਦਿੱਤੇ ਆ। ਤਾਂ ਉਹ ਭਿੰਦਰ ਗੱਲ ਟਿਕਾਣੇ ਲਾ ਦਿੱਤੀ ਹੈ। ਆਹ ਮੁੰਡਾ ਪਾਲਾਂ ਬਾਹਰੀਆਂ ਤਕੜੀਆਂ ਪਾਉਂਦਾ ਕਹਿ ਸਕਦੇ ਆ ਪਰ ਅੱਜ ਬੈਟਿੰਗ ਦੇ ਵਿੱਚ ਜ਼ੋਰ ਜਿਹੜੇ ਭਿੰਦਰਾਂ ਦੇ ਦਿਖਾਉਣਾ ਪੈਣਾ। ਬਾਲ ਪਾਉਂਦੇ ਨੇ ਆਹ ਖਿਡਾਰੀ ਕਹਿੰਦੇ ਫੇਰ ਵੱਧ ਗਿਆ, ਆਹ ਸਾਹਮਣੇ ਕਹਿੰਦੇ ਫੇਰ ਵੱਧ ਰਿਹਾ। ਮੱਖਣ ਰਾਜਪੂਤ ਵਾਲੀ ਕਹਿੰਦੇ ਧੰਨਵਾਦ ਹੈ, ਸੰਗਰੂਰ ਵਾਲਾ ਮੱਖਣ ਪੈਰੇ ਦੀਆਂ ਕਹਿੰਦੇ ਵੱਡੀਆਂ ਸਲਾਵਾਂ ਨੇ। ਇਧਰਲੇ ਪਾਸੇ ਭਿੰਦਰ ਕਹਿੰਦੇ ਟੌਪ ਦਾ ਸੱਟਾ ਮਾਰਿਆ ਮੁੰਡੇ ਨੇ, ਕਮਾਲ ਜਿਹੀ ਕਰ ਦਿੱਤੀ ਹੈ। ਰੰਗ ਬਿਰੰਗੇ ਝੰਡੇ ਕਹਿੰਦੇ ਲਹਿਰ ਦੇ ਨਜ਼ਰ ਆ ਰਹੇ ਵੱਖ ਵੱਖ ਕੰਟਰੀਆਂ ਦੀ ਇੱਜ਼ਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਪਹਿਲਾ ਵਾਰ ਕਲਮਾਂ ਦਾ, ਪਿਛਲੇ ਵਾਰ ਖੰਡੇ ਨਾਲ, ਚਾਰ ਹੀ ਤਰੀਕਿਆਂ ਦਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਬਾਲ ਪਾਉਣ ਲਈ ਕਹਿੰਦੇ ਗੱਭਰੂ ਫੇਰ ਤਿਆਰ ਵਰ ਤਿਆਰ ਹੈ। ਗੋਬਿੰਦਪੁਰਾ ਪਾਪੜਾ ਪਿੰਡਾਂ ਮੁੰਡਿਆਂ ਦਾ ਗਗਨ ਵਰਗੇ ਗੁਰੀ ਵਰਗੇ ਕਨੇਡਾ ਵਾਲੇ ਭਰਾਵਾਂ ਨੇ ਕਹਿੰਦੇ ਵਧੀਆ ਮੇਲਾ ਕਰਵਾਇਆ। ਕੁਲਵਿੰਦਰ ਪੁੰਡੂ ਆਇਆ ਹੋਇਆ ਮੁੰਡੇ ਕਹਿੰਦੇ ਪੁੰਡੂ ਪਰਿਵਾਰ ਦੇ ਜਿਹੜੇ ਕਹਿੰਦੇ ਪੁੱਜੇ ਹੋਏ ਹੈ। ਪਰ ਇਹਦਾ ਕਹਿੰਦੇ ਨਨਹੇੜਾ ਪਿੰਡ ਗੁਲਾਬ ਨਾਮ ਹੈ। ਲਓ ਸਾਹਮਣੇ ਵੀ ਬੂਟਾ ਹੋਵੇਗੇ ਗੁਲਾਬ ਦਾ, ਤੂੰ ਸੋਹਣਿਆ ਜਿਹੜੇ ਆਪਣੇ ਦੇ ਵਿੱਚ ਲਮਾ ਲਾ, ਮੇਰਾ ਚਿੱਤ ਕਰੇ ਹਿੱਕ ਨਾਲ ਲਾਉਣ ਨੂੰ ਪਰ ਮਿੰਟ ਵਿੱਚ ਹੋ ਜੂ ਲਾਲਾ ਲਾਲਾ। ਐਂਡ ਮਿਸ ਪੂਜਾ ਨੇ ਕਹਿੰਦੇ ਗੱਲ ਕੀਤੀ ਹੈ, ਸ਼ੇਅਰ ਕਰ ਦਿਓ ਬਾਈ ਮੈਚ ਨੂੰ, ਲਾਡੀ ਕਾਹ ਨਹੀਂ ਜੁੜ ਗਿਆ ਸੁੱਪਣੇ ਕਹਿੰਦੇ ਗੱਲ ਇੱਕ ਆਊਟ ਹੋ ਗਿਆ। ਹਾਂ ਬਾਈ ਦੋ ਵਾਰ ਸਟਾਈਲ ਕਰਨ ਦਿੰਦੀ ਆਊਟ ਗਿਆ, ਚੰਮਣਾ ਆਊਟ ਹੋ ਗਿਆ। ਸੈਲ ਦੇਖ ਲੈ ਵੀ, ਸ਼ੇਅਰ ਕਰ ਦਿਓ ਮੈਚ ਬਾਲ ਵੀ ਬਾਈ ਚੇਂਜ ਕਰ ਦਈਏ ਸੈਲ ਇਹ ਦਿਨ ਦੇ ਗੱਲ ਨੂੰ। ਲਾਲ ਸਾਹਮਣੇ ਕਿੰਨੇ ਸਕੋਰ ਹੋ ਗਏ ਜੀ?
ਦੱਸ ਕਿੰਨੇ ਸਕੋਰ ਹੋ ਗਏ? ਮੈਸੇਜ ਕਰ ਦਿਆ ਕਰ, ਕੋਈ ਚੱਕਰ ਨਹੀਂ ਹੈਗਾ ਮੈਂ ਤੇਰੇ ਕੋਲੇ, ਫਿਰ ਮੈਸੇਜ ਕਰ ਦਿਆ ਕਰ, 27 ਹੋ ਗਏ, ਮੈਸੇਜ ਕਰ ਦਿਆ ਕਰ, ਸਾਹਿਬ ਕਰ ਦਿਆ ਕਰ। ਲਾਲ ਸਾਹਮਣੇ ਤੇਰੇ ਮੁੰਡੇ ਨੇ ਫੁੱਟਬਾਲ ਪਾਉਣੀ ਹੈ, ਪਹਿਲਾ ਸੀਹਾ ਪਿੰਡ ਹੈ ਜਿਹੜਾ ਪਿੰਡ ਲਵੀ ਯੋਧਿਆ ਬਾਬਾ ਅਕਾਲੀ ਫੂਲਾ ਸਿੰਘ ਦਾ ਪਿੰਡ ਹੈ, ਉੱਥੋਂ ਚੱਲ ਕੇ ਆਇਆ ਮੁੰਡਾ ਪਹਿਲਾ ਸੀਹਾ ਦੀ ਕਿਤੇ ਧਰਤੀ ਦਾ ਇਹ ਹੈ ਕਿਤੇ ਸੀਤਾ। ਲਾਲ ਸਾਹਮਣੇ ਬਾਲ ਪਾਉਣ ਲਈ ਕਿਤੇ ਫੇਰ ਕਦੇ ਤਿਆਰ ਵਰਤੇਰਾ, ਬਹੁਤ ਸਾਲਾਂ ਦੀ ਗੱਲ ਹੋ ਗਈ ਜਦੋਂ ਕਹਿੰਦੇ ਮੇਲਾ ਕਰਵਾਇਆ ਸੀ ਵੀਰੋ, ਕਿਹੜਾ ਲੱਕੀ ਕਹਿੰਦੇ ਸੀਰ ਜਿੱਤੇ 21,000 ਰੁਪਇਆ ਤੇ ਪਲੱਸ ਕਹਿੰਦੇ ਬੂਟ ਮੇਰੇ ਪੰਜਾਬੀ ਰਿਹਾ, ਤੇ ਗੱਲਾਂ ਹੁੰਦੀਆਂ 5-6 ਸਾਲ ਪੁਰਾਣੀ ਗੱਲ ਹੈ ਜਦੋਂ ਮੁੰਡਿਆਂ ਨੇ ਮੇਲਾ ਕਰਵਾਇਆ ਸੀ ਪਹਿਲਾਂ ਸੀਹਾ ਦੇ ਵਿੱਚ ਇੱਕ ਵਾਰ ਹੋਗਾ। ਅਗਲੇ ਪਾਸੇ ਪੈਂਦੀ ਹੋਈ ਬੱਲੇ 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 250 ਪਲੱਸ ਕਹਿੰਦੇ ਬੰਦਾ ਲਾਈਵ ਜਿਹੜਾ ਬੈਠਾ ਵੀ ਧੂਰੀ ਵਾਲੀ ਫਰਮਾਂ ਦਾ ਮੈਚ ਆਇਆ ਹੋਇਆ, ਪਰ ਭਿੰਦਰ ਨੇ ਗੱਲ ਪੱਥਰੀ ਬਣਾ ਦੀ ਆ ਮੇਰੇ ਮਿੱਤਰ, ਮੇਲਾ ਪਿੰਡ ਦਾ ਬਾਲਾ ਖਿਡਾਰੀ ਟੀਮ ਦਾ ਬਾਲਾ ਪਾਉਂਦਾ ਭਿੰਦਰ, ਟੌਪ ਡੌਪ ਦੇ ਛੱਕੇ ਆਹ ਲਾਈ ਤੁਰੇ ਆਉਂਦਾ ਭਿੰਦਰ ਨੇ, ਉਹ ਤਾੜੀ ਦਾ ਮਾਰਿਆ ਦੇ ਸਵਾਲ ਮਾਰੇ ਦੇ ਛੱਕੇ ਆਉਂਦਾ, ਲਗਾਤਾਰ 3 ਜਰਦੇ ਹੈ ਆਹ ਭਿੰਦਰ ਨੇ, ਲਗਾਤਾਰ 3 ਛੱਕੇ ਜਰਦੇ ਹੈ ਤੇ ਚਰਚਾ ਕਰਵਾ ਦੀ ਆ ਮੇਰੇ ਮਿੱਤਰ, ਆਹ ਭਿੰਦਰ ਕਹਿੰਦੇ ਉਸੇ ਨਗਰ ਦਾ ਮਾਣ ਹੈ, ਚੜ੍ਹਦੀ ਉਮਰ ਦਾ ਖਿਡਾਰੀ ਹੈ, ਸਾਹਮਣੇ ਲਾਡੀ ਕਿਹੜੇ ਭਰਾਏ ਸਾਡਾ ਉਹਦੇ ਨਾਨਕਿਆਂ ਦੀ ਟੀਮ ਕਿਹੜੇ ਖੇਡ ਨਜ਼ਰ ਆ ਰਹੀ ਹੈ, ਗੋਬਿੰਦਪੁਰਾ ਪਾਪੜੇ ਦੀ ਟੀਮ ਉਹ ਪੁਰਾਣੇ ਕਿਹੜੇ ਐਂਟਰ ਕਰਾਈ ਹੈ ਟੀਮ ਕਿਹੜੇ ਗੋਬਿੰਦਪੁਰੇ ਦੀ ਲਾਡੀ ਭਰਾ ਨੇ, ਸਾਡਾ ਕਿਹੜੇ ਧੰਨਵਾਦ ਹੈ। ਲਓ ਸਾਹਮਣੇ ਸੀਤਾ ਕਿਹੜੇ ਪਹਿਲਾਂ ਸੀਹਾ ਦੀ ਧਰਤੀ ਦਾ ਮੁੰਡਾ ਕਿਹੜੇ ਬਾਲਾ ਪਾ ਰਿਹਾ ਹੈ, ਹਰੀ ਸ਼ਰਮੇ ਪਰਿਵਾਰ ਦਾ ਨਾਲ ਲਾਡੀ ਵਰਗੇ ਨਾਲ ਕਿਹੜੇ ਜੱਗੇ ਵਰਗੇ ਭਰਾ ਲਹਿੰਗਰ ਵਰਗੇ ਸੱਦਾ ਦੇ ਰਹੇ ਉਸ ਇਲਾਕੇ ਦਾ, 13 ਤਰੀਕ ਦੇ ਲਾਸਟ ਹੋਵੇਗੀ ਪੱਲਾ ਦੇ ਕਿਹੜੇ ਖੇਡ ਮੇਲੇ ਦੀ, 14 ਨੂੰ ਸੁਪਰੀ ਮੋਡ ਮੇਲਾ ਕਿਹੜੇ ਵੀ ਲਾਂਗਾ ਦਾ 4 ਮੀਟਰ ਦਿੱਤਾ ਜਾਣਾ ਤੇ 2 ਲੱਖ ਦਾ ਤਿਆਰ ਕਰਾਇਆ ਭਰਾਵਾਂ ਨੇ ਕਿਹੜੇ ਫੋਲ ਗੱਲਾਂ ਕਰੇ ਲੰਗੜੀਆਂ ਟਕਾਰੇ ਸੁਖਦੀਪ ਵਰਗੇ ਭਰਾ ਕੇ ਸੱਦਾ ਦੇ ਰਹੇ ਹੈ, ਨਹੀਂ ਧੂਰੀਆਂ 300+ ਬੰਦਾ ਹੋ ਗਿਆ ਤੇ ਕਹਿੰਦੇ ਆ ਵੀ ਧੂਰੀਆਂ ਧੂਰੀਆਂ ਕਹਿੰਦਾ ਚੱਲੀ ਆਉਂਦਾ, ਧੂਰੀਆਂ ਕਹਿੰਦਾ ਚੱਲੀ ਆਉਂਦਾ, ਪਰ ਉਹ ਕਹਿੰਦਾ ਵੀ ਪਿੰਡਾਂ ਗੱਲਾਂ ਤੇ ਗਾਲੇ ਲਾਊਗਾ, ਲੈ ਉਹਦੇ ਬਾਅਦ ਹੀ ਰੋਕ ਦਿੱਤੀ ਹੈ, 3 ਓਵਰਾਂ ਤੋਂ ਬਾਅਦ 52 ਰਨ ਦੇ ਕਿਤੇ ਜੁੜ ਗਏ ਹੈ, ਫਿਰ ਉਹਦੇ ਮੈਦਾਨ ਅੰਦਰ 3 ਵਿਕਟਾਂ ਦੇ ਨੁਕਸਾਨ ਦੇ ਉੱਤੇ 3 ਓਵਰ ਤੇ 52 ਰਨ ਜਿਹੜੇ ਜੁੜ ਗਏ ਹੈ, ਲਓ ਜੀ 3 ਓਵਰ ਬਾਕੀ ਹੈ ਤੇ ਇਹ ਲੋਕਾਂ ਦੀਆਂ ਉਮੀਦਾਂ ਨੇ ਵੀ ਰਹਿੰਦੀਆਂ ਬਾਲਾਂ ਦੇ ਵਿੱਚ 300+ ਰਹਿਣ ਗਏ ਵੀ 50+ ਰਨ ਜਿਹੜੇ ਵੱਢ ਗਏ 3 ਓਵਰਾਂ ਦੇ ਵਿੱਚ 50+ ਰਨ ਹੀ ਵੱਢ ਗਏ, ਤੁਸੀਂ ਦੱਸ ਰਹੇ ਹੋਰ ਆਓ ਬਾਲ ਪਾਉਣ ਦੇਖ ਵੀ ਕਿਹੜਾ ਮੁੰਡਾ ਗਿਆ ਬਾਈ, ਬਾਲਰ ਦਾ ਨਾਮ ਹੈਲੋ ਗੁਰਵੀਰ। ਉਧਰਲੇ ਪਾਸੇ ਭਿੰਦਰ ਦੇ ਕਹਿੰਦੇ 4 ਛੱਕਿਆਂ ਦੇ 500 ਦੇ ਕਹਿੰਦੇ ਵੱਡੇ ਮਾਰ ਕਮੇਟੀ ਵੱਲੋਂ ਨੇ ਬਹੁਤ ਬੜਾ ਕਹਿੰਦੇ ਧੰਨਵਾਦ ਹੈ, ਸਾਹਮਣੇ ਬਾਲ ਪਾਉਣ ਲਈ ਕਹਿੰਦੇ ਮੁੰਡਾ ਫੇਰ ਤਿਆਰ ਤਿਆਰ ਗੋਬਿੰਦਪੁਰੇ ਵਾਲਾ, ਮੈਂ ਵੀ ਦਨਹੇੜੇ ਵਾਲਾ ਸਮਝਾਵਾਂ ਮੁੰਡਿਆਂ ਨੂੰ, ਐਨ ਵਾਟ ਕਹਿੰਦੇ ਤੁਹਾਡੀ ਵੀ ਦੂਰ ਨਹੀਂ ਹੈ ਲਹਿਰਾ ਕਾਕਾ, ਹੁਣ ਜਿਹੜੀ ਆਉਣਾ ਵਾਟ ਤੁਹਾਡੀ ਲੰਬੀ ਹੈ, ਬਾਲ ਪਾਉਣ ਲਈ ਕਹਿੰਦੇ ਗਬਰੂ ਫੇਰ ਕਹਿੰਦੇ ਤਿਆਰ ਤਿਆਰ ਆ ਪੈਂਦੀ ਹੋਈ ਬਾਲ, ਉਧਰਲੇ ਪਾਸੇ ਖੇਡਿਆ ਸ਼ਾਟ ਪਰ ਸਾਹਮਣੇ 25 ਵਿਕਟ ਦਾ ਪਕੜ ਹੈ, ਇੱਥੋਂ ਵੇਖ ਲਾ ਵੀ ਸਿੱਧਾ ਗਿਆਰਾਂ ਬਾਲਾਂ 44 ਰਨ ਭਿੰਦਰ ਨੇ, ਜਗਸੀਰ ਦਾ ਕਹਿੰਦੇ ਛੋਟਾ ਵੀਰ ਹੈ ਤੇ ਅਰੇ ਮੈਚ ਦੇ ਵਿੱਚ ਕਹਿੰਦੇ ਵੀ ਕਮਾਲ ਅੱਜ ਕਰ ਦਿੱਤੀ ਹੈ, ਆਹ ਮੁੰਡਾ ਕਿਤੇ ਬੱਲੇ ਬੱਲੇ ਕਰਵਾ ਗਿਆ ਮੇਰੇ ਮਿੱਤਰ, ਆਓ ਜੀ ਅਗਲਾ ਖਿਡਾਰੀ ਜਲਦੀ ਦੇ ਭੋਲਾ ਸਾਡਾ ਯਾਰ ਹੈ ਕਹਿੰਦੇ ਸਿੱਧਾ ਸਿੰਘ ਵਾਲੇ ਪਿੰਡ ਤੋਂ,
ਮੁੰਡਾ ਕਹਿੰਦੇ ਤਿਆਰ ਆ ਮੈਚ ਬੜਾ ਚੋਟੀ ਦਾ ਕਰੇ ਖੇਡਿਆ ਜਾ ਰਿਹਾ ਭਿੰਦਰ ਨੇ ਕਰੀ ਐਨ ਮੁੰਡੇ ਨੇ ਟੌਪ ਦੀ ਬੈਟਿੰਗ ਕੀਤੀ ਹੈ ਲਵੀ ਲਾਗਾ ਲਵੀ ਸਾਹਮਣੇ ਬਾਲ ਪਾਉਣ ਦੀ ਮੁੰਡਾ ਫੇਰ ਪਿਆ ਲਾ ਬਾਲ ਪਾਉਣ ਦੇ ਲਈ ਕਹਿੰਦੇ ਗੁਰਵੀਰ ਤੇ ਸਾਹਮਣੇ ਕਹਿੰਦੇ ਸਰੀ ਹੈ ਪੁੰਨਾਲ ਦੀ ਧਰਤੀ ਦਾ ਮੁੰਡਾ ਕਹਿੰਦੇ ਤਿਆਰ ਹੈ ਲਾ ਪੈਂਦੀ ਬਾਲ ਹਰ ਇੱਕ ਸਾਲ ਜਦੋਂ ਆਈਏ ਨਾ ਤੇ ਦੋ ਤਿੰਨ ਬੰਦੇ ਇੱਥੇ ਆਉਂਦੇ ਨੇ ਇਹੀ ਪਤਾ ਲੱਗਦਾ ਵੀ ਕਨੇਡਾ ਬੈਠੇ ਹੈ ਗੱਲ ਕਹਿੰਦੇ ਲੱਗਦੇ ਟਕਾ ਨੇ ਇਸ ਵਾਰੀ ਬੱਬੂ ਵੀ ਲੱਗ ਗਿਆ ਲੋਗ ਵਰਗੇ ਨਾਲ ਜਸਵੀਰ ਖੰਘੂੜੇ ਵਰਗੇ ਵੀ ਕਹਿੰਦੇ ਕਨੇਡਾ ਵਾਲੇ ਨੇ ਪਹਿਲਾਂ ਡਾਕਟਰ ਵੀ ਚਲਾ ਗਏ ਵੀ ਹਾਂ ਸਾਲ ਇਹ ਗੱਲ ਪੱਕੀ ਵੀ ਜਿਹੜਾ ਮੁੰਡਾ ਅਗਲੇ ਸਾਲ ਪਤਾ ਲੱਗਦਾ ਵੀ ਉਹਦੇ ਕਨੇਡਾ ਪਹੁੰਚ ਗਿਆ ਹਰ ਸਾਲ ਇੱਕ ਦੋ ਕਨੇਡਾ ਪਹੁੰਚੇ ਹੁੰਦੇ ਨੇ ਜਿਵੇਂ ਸ਼ੱਕ ਨੇ ਤਾਂ ਬਾਲ ਪਾਉਣ ਲਈ ਮੁੰਡਾ ਕਹਿੰਦੇ ਫੇਰ ਤਿਆਰ ਹੈ ਲਾ ਉਸ ਆਪਣੇ ਬੈਗੀ ਬਾਲ ਬੱਲੇ 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 ਸਨੀ 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 ਆਹ ਫੜਿਆ ਜਾਣਾ ਮੈਨੂੰ ਲੱਗਦਾ ਹੈ ਪਰ ਆਹ ਕੀ ਬਣ ਗਿਆ ਤਿਆਰ ਮੈਚ ਬੜਾ ਚੋਟੀ ਦਾ ਆ ਮੁੰਡਾ ਕਹਿੰਦੇ ਭੁੱਲਰ ਖੇੜੀ ਜੱਦੀ ਪੈਂਦਾ ਮੁੰਡੇ ਦਾ ਤੇ ਧੂਰੀ ਦੇ ਵਿੱਚ ਕਹਿੰਦੇ ਕਈ ਸਾਲ ਹੋ ਗਏ ਨੇ ਰਹਿਣ ਬਸੇਰੇ ਹੈ ਐਨ ਗੱਲਾਂ ਬਾਤਾਂ ਹੁੰਦੀਆਂ ਜਿੱਥੇ ਦਾ ਹੀਰ ਪੁੱਜਿਆ ਹੋਇਆ ਭਾਨਾ ਕਹਿੰਦੇ ਪੰਜਾਬ ਟੀਮ ਲਈ ਕਹਿੰਦੇ ਨੈਟ ਵੱਲ ਰਿਹਾ ਕਾਫੀ ਟਾਈਮ ਮੇਰੇ ਪੰਜਾਬੀ ਗੱਲਾਂ ਬਾਤਾਂ ਹੁੰਦੀਆਂ ਭਾਨੇ ਦਾ ਕਹਿੰਦੇ ਵੱਡਾ ਨਾਮ ਆ ਭੁੱਲ ਰਹੀ ਵਾਲੇ ਦਾ ਦੇ ਵਿੱਚ ਕਹਿੰਦੇ ਵੱਡਾ ਮਾਨ ਸਨਮਾਨ ਹੋਇਆ ਲਾਲ ਸਾਹਿਬ ਨੇ ਸਿੰਗਲ ਦਾ ਕਹਿੰਦੇ ਵਾਅਦਾ ਆਪਣੀ ਟੀਮ ਦੇ ਲਈ ਕਹਿੰਦੇ ਕਰ ਦਿੱਤਾ ਬਾਲ ਪਾਉਣ ਲਈ ਕਹਿੰਦੇ ਗੱਭਰੂ ਫੇਰ ਤਿਆਰ ਹੈ ਵੀਰੋ ਕਹਿੰਦੇ ਜੋਧਪੁਰ ਚੀਨਾਂ ਦੀਆਂ ਟੀਮਾਂ ਜਿਹੜਾ ਟੌਸ ਕਰ ਲੈਣ ਭਿੰਦਰ ਬਾਈ ਵੀ ਪੁੱਜਿਆ ਹੋਇਆ ਹੈ ਭਾਗ ਪੈਲਸ ਵਾਲਾ ਬੜਾ ਧਾਰਵਾ ਭਿੰਦਰ ਸਰਪੰਚ ਹੋਈ ਪੁੱਜੇ ਹੋਏ ਨੇ ਟੀਮ ਲੈ ਕੇ ਬਾਈ ਜੀ ਟੌਸ ਕਰ ਲੈ ਵੀ ਭਿੰਦਰ ਬਾਈ ਟੌਸ ਕਰਵਾ ਲਈ ਆਪਾਂ ਜੋਧਪੁਰ ਚੀਮਾ ਤੇ ਨਾਲ ਮੈਚ ਕਹਿੰਦੇ ਵੀਰੋ ਕੇ ਰਾਜ ਨੇ ਮਾਨਸਾ ਦੇ ਬਰਨਾਲੇ ਦੀ ਡਾਂਗ ਖੜਕ ਰਹੀ ਹੈ ਬਾਕੀ ਵੱਡਾ ਮੈਚ ਕਹਿੰਦੇ ਖੇਡਿਆ ਜਾ ਰਿਹਾ ਉਧਰ ਓਵਰ ਦੀ ਸਮਾਪਤੀ ਮੇਲਾ ਦਾ ਹੋ ਗਈ ਹੈ ਚਾਰ ਓਵਰ ਦੇ 65 ਰਨ ਬਣੇ ਹੈ ਉਧਰ ਦੁਨੀਆ ਲਾਈਵ ਦੇ 400 ਦੇ ਨੇੜੇ ਲੱਗ ਗਈ ਧੂਰੀ ਵਾਲਿਆ ਲੋਕ ਕਹੀ ਜਾਂਦੇ ਵੀ ਹਰਮਨ ਅੱਜ ਹੋਇਆ ਕੀ ਹੈ ਉਹਦੇ ਜਲੰਧਰ ਸਟ੍ਰਾਈ ਕਿਹੜੀ ਲੈ ਰਿਹਾ ਉਹਨੂੰ ਹੋਇਆ ਕੀ ਪੁੱਛਣਾ ਸੁਣਾਓ ਜਾਣਿਆ ਛੱਕੇ ਮਾਰਨੇ ਪੈ ਰਹੇ ਤੇ ਵੱਡੇ ਮਾਰ ਕੀਤੇ ਆ ਪੁੰਨਾ ਵਾਲ ਦੀ ਟੀਮ ਨੇ ਆਹ ਵਾਲ ਤੇ ਕੁਝ ਨਾ ਕੁਝ ਕਰਨਾ ਪੈਣਾ ਹੈ ਪਰ ਸਾਹਮਣੇ ਵੇਖਾਂਗੇ ਬੜਾ ਸ਼ਾਰਪ ਕਰੇ ਖਿਡਾਰੀ ਹੈ ਜਿਹੜੇ ਸੰਗਰੂਰ ਦਾ ਕਹਿ ਸਕਦੇ ਹੈ ਦੁਆਬੇ ਦੇ ਵਿੱਚ ਮਾਝੇ ਦੇ ਵਿੱਚ ਕਹਿੰਦੀ ਵੱਡੀ ਮੰਗ ਹੁੰਦੀ ਹੈ ਅਮਰਜੀਤ ਭਾਜੀ ਕਹਿੰਦੇ ਆਦਮਪੁਰੇ ਵਾਲਾ ਮਾਲ ਕਰਦਾ ਧੂਰੀ ਵਾਲੇ ਹਰਮਨ ਤੇ ਅੱਜ ਕੱਲ ਕਹਿੰਦੇ ਐਚ ਡੀ ਬੈਟਾਂ ਦੀ ਦੁਨੀਆਂ ਦਵਾਨੀ ਹੈ ਤੇ ਹੁਣ ਮੈਨੂੰ ਲੱਗਦਾ ਵੀ ਟੀ ਸ਼ਰਟਾਂ ਤੇ ਨਾਲ ਕਹਿੰਦੇ ਹੁਣ ਕਿੱਟਾਂ ਵੀ ਤਿਆਰ ਕਰਨ ਲੱਗ ਗਿਆ ਵੀ ਲਾਂਗਾ ਵਾਲਿਆ ਧੂਰੀ ਵਾਲਾ ਕਹਿੰਦੇ ਹਰਮਨ ਐਨ ਐਚ ਡੀ ਬੈਟਾਂ ਦੀ ਕਹਿੰਦੇ ਦੁਨੀਆਂ ਦਵਾਨੀ ਹੈ ਲਓ ਸਾਹਮਣੇ ਬਾਲ ਪਾਉਣ ਲਈ ਕਹਿੰਦੇ ਕੁਲਵਿੰਦਰ
ਬਾਲ ਪਾਉਣ ਦੇ ਲਈ ਕਦੇ ਕੁਲਵਿੰਦਰ ਜਿਹੜਾ ਤਿਆਰ ਹੈ। ਆਹ ਭਾਈ ਬਾਲ ਬੱਲੇ 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 ਧੂਰੀਆਂ ਧੂਰੀਆਂ ਕਹਿੰਦਾ ਹੁਣ ਚੱਲੂ ਵੀਡੀਓ ਗੇਮ। ਆਹ ਧੂਰੀ ਵਾਲਾ ਕਹਿੰਦਾ ਡੇਰੇ ਦੀਆਂ ਬਾਲਾਂ ਤੇ ਹੁਣ ਚੱਲੂਗੀ ਵੀਡੀਓ ਗੇਮ ਗਰਾਊਂਡ ਦੇ ਅੰਦਰ। ਲਾ ਬਾਲ ਕਿਵੇਂ ਪਈ ਹੈ ਤੇ ਧੂਰੀ ਵਾਲਾ ਬੜਾ ਫੀਤੇ ਹੋਰ ਪਾਤੀ ਹੈ। ਲਾਂਗ ਵਾਲਾ ਇੱਕ ਗੱਲ ਹੈ, ਜਿਹੜੇ ਪਲੇਅਰ ਲਗਾਤਾਰ ਖੇਡੀ ਜਾਂਦੇ ਆ ਨਾ, ਬੜੀ ਕਹਿ ਸਕਦੇ ਵੀ ਬਹੁਤ ਔਖਾ ਹੋ ਜਾਂਦਾ ਹੈ। ਕਹਿ ਵੀ ਜਿਹਨੇ ਕਿਹਾ ਕਿ 200-300 ਕਿਲੋਮੀਟਰ ਬਾਅਦ ਡੇਲੀ ਆਪ ਹੀ ਗੱਡੀ ਚਲਾ ਕੇ ਤੈਅ ਕਰਨੀ ਤੇ ਕ੍ਰਿਕਟ ਖੇਡ ਵੀ ਜ਼ੋਰ ਲੱਗਦਾ, ਬਹੁਤ ਔਖਾ ਹੋ ਜਾਂਦਾ ਹੈ। ਲਓ ਸਾਹਮਣੇ ਕੋਈ ਵੀ ਫੀਲਡ ਦੇ ਵਿੱਚ ਬੰਦਾ ਕੰਮ ਕਰਦਾ ਹੋਵੇ ਜਿਹੜਾ ਡੇਲੀ ਕੰਮ ਚੱਲਦਾ ਨਾ ਤੇ ਬਹੁਤ ਹਰਾਸਮੈਂਟ ਹੁੰਦੀ ਹੈ, ਵੀ ਗੱਲ ਪੱਕੀ ਹੈ। ਲੈ ਵੀ ਜਿਹੜੇ ਕਈ ਗੱਲ ਨੌਜਵਾਨ ਸਾਹਮਣੇ ਪੈਂਦੀ ਗਈ ਬਾਲ ਦੇ ਉੱਤੇ ਕਿਤੇ ਧੂਰੀ ਵਾਲ ਫਿਰ ਤਿਆਰ ਵਾ ਤਿਆਰ ਹੈ। ਆਹ ਪੈਗੀ ਬਾਲ ਪਰ ਹੈਲੀਕਾਪਟਰ ਦੇ ਬਾਅਦ ਬੋਲ ਰੱਖਿਆ ਮੁੰਡੇ ਨੇ, ਕਹਿੰਦੇ ਕੁਲਵਿੰਦਰ ਨੇ ਪਹਿਲਾਂ ਵੀ ਯਾਰਕਰ ਮਾਰੀ ਹੈ ਤੇ ਆ ਯਾਰਕਰ ਵੀ ਪੱਟੀ ਨਹੀਂ ਗਈ, ਕਹਿੰਦੇ ਧੂਰੀ ਵਾਲੇ ਤੋਂ ਮੁੰਡੇ ਕਹਿੰਦੇ ਦਾ ਪਤਾ ਨੀ ਬਾਈ ਜਣਾ ਦੀ ਬਾਲਾ ਬਾਈ ਤੁਰੇ ਆਉਂਦੇ ਹੈ। ਆਹ ਧੂਰੀ ਵਾਲਾ ਹਰਮਨ ਕਹਿੰਦੇ ਦੋ ਛੱਕੇ ਮਾਰੀ ਹੈ ਪਰ ਰੋਕ ਕੇ ਰੱਖਿਆ ਹੋਇਆ ਹੈ। ਕਹਿੰਦੇ ਲਾਡੀ ਦੇ ਨਾਨਕਿਆਂ ਦੀ ਟੀਮ ਜਿਹੜੀ ਖੇਡ ਨਜ਼ਰ ਆ ਰਹੀ ਹੈ। ਲਓ ਸਾਹਮਣੇ ਵੇਖਾਂ ਕਿ ਬਾਲ ਪਾਉਣ ਲਈ ਕਹਿੰਦੇ ਗੱਭਰੂ ਫੇਰ ਕਹਿੰਦੇ ਤਿਆਰ ਵਰ ਤਿਆਰ ਹੈ। ਮੁੰਡੇ ਕਿਹੜੇ ਪੁੱਜੇ ਹੋਏ ਆ ਪੁੱਲਾਂ ਵਾਲ ਵੀ ਕਿਹੜੇ ਧਰਤੀ ਤੇ ਰੌਣਕਾਂ ਕਿਹੜੇ ਬਹਾਰਾਂ ਜਿਹੜੀਆਂ ਲੱਗੀਆਂ ਹੋਈਆਂ। ਸਾਡਾ ਖੇਡ ਮੇਰਾ ਜਿਹੜਾ ਖੇਡਿਆ ਜਾ ਰਿਹਾ ਹੈ। ਬਾਲ ਪਾਉਣ ਲਈ ਕਿਹੜੇ ਗੱਭਰੂ ਫੇਰ ਤਿਆਰ ਹੈ। ਸਾਹਮਣੇ ਆ ਗਿਆ ਕਹਿੰਦੇ ਸਾਹਮਣੇ ਹੋਈ ਬਾਲ ਇਹ ਸਣੀ ਹੈ। ਸਾਡਾ ਕਿਹੜੇ ਪੁੱਲਾਂ ਵਾਲ ਦੀ ਧਰਤੀ ਦਾ ਚਾਰ ਸਕੋਰ ਦੇ ਕਿਹੜੇ ਵਾਧੇ ਆਪਣੀ ਟੀਮ ਦੇ ਨਹੀਂ ਕਰਦਾ ਹੋਇਆ। ਟੀਮ ਲੈ ਗਈ ਆ ਦੇ ਨਾਲ ਦੀ ਭਲਵਾਨ ਰੱਜ ਦੀ ਮਿੱਤਰੋ ਜਹਾਜ਼ਾਂ ਮੂਹਰੇ ਅੜਦੇ ਨੀ ਜਿੰਦੇ ਸੋਹਣੇ ਆ ਬਾਬਾ ਦੀ ਜੋ ਛਾਤੀ ਵਿੱਚ ਮਿਲਦੀ ਦਲੇਰੀ। ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ, ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ। ਲਓ ਸਾਹਮਣੇ ਕਹਿੰਦੇ 5 ਮਿੰਟ ਦੀਆਂ ਵਾਲਾ ਪੈ ਰਹੀ ਹੈ, ਲਾਸਟ ਵਾਲ ਹੈ। ਲਵੀ ਬਾਲ ਪਾਉਣ ਦੇ ਲਈ ਮੁੰਡਾ ਕਿਤੇ ਪਿਆਰ ਵਾਲੇ ਸੜੀ ਕਣਕ ਨਾਲ ਪਰ ਓਵਰ ਸਮਾਪਾ 82 ਰਨ ਹੈ। ਚੀਮਾ ਵੀ ਲਾਈਵ ਜੁੜ ਗਿਆ ਜਿਹਦੀ ਕਹਿੰਦੇ ਗਰਾਊਂਡ ਦੇ ਅੰਦਰ ਪਿਆਰ ਕਹਿੰਦੇ ਚਰਚਾ ਦੇ ਵਿੱਚ ਰਹਿੰਦਾ ਵੀ ਨਹੀਂ ਭੁੱਲ ਸਕਦਾ। ਹੁਣ ਭਗਵਾਨ ਕੋਲੇ ਜਦੋਂ 6 ਬਾਲਾਂ ਤੇ 6 ਹੀ ਬੱਚੇ ਸੀਗੇ, ਗੱਲ ਕਿਤੇ ਟਕਾਲੇ ਹੈ ਸ਼ੇਰਗੜ ਚੀਮਾ ਪਿੰਡ ਹੈ, ਗੱਲਾਂ ਕਿਤੇ ਹੁੰਦੀਆਂ ਨੇ। ਕਦੇ ਜੋਧਪੁਰ ਚੀਮੇ ਦੀ ਗੱਲ ਕਦੇ ਹੋਈ ਹੈ, ਕਦੇ ਚੀਮਾ ਸਾਹਿਬ ਸੱਤ ਬਾਬਾ ਸਿੰਘ ਮਹਾਰਾਜ ਦੀ ਕਿਤੇ ਧਰਤੀ ਹੈ, ਗੱਲਾਂ ਹੁੰਦੀਆਂ ਸਟੋਲ ਦੇ ਇਲਾਕੇ ਦੀ ਗੱਲ ਹੋਈ ਹੈ। ਚੀਮਾ ਸਾਹਿਬ ਆਹ ਧਰਤੀ ਦੇ ਵੀ ਕਹਿੰਦੇ ਸੱਤ ਬਾਬਾ ਸਿੰਘ ਮਹਾਰਾਜ ਦੀ ਵੱਡੀ ਕਿਰਪਾ ਹੈ, ਜਾਂ ਕੋਈ ਨੇੜੇ ਮਸਤੂਵਾਲਾ ਸਾਹਿਬ ਹੈ, ਗੁਰਦੁਆਰਾ ਸਾਹਿਬ ਦੀਆਂ ਕਿਹੜੀ ਗੱਲਾਂ ਹੁੰਦੀਆਂ ਨੇ। ਵੱਡੀ ਤਪੱਸਿਆ ਕੀਤੀ ਹੈ। ਕਰੋ ਜੀ ਮੈਂ ਸ਼ੁਰੂ ਜਲਦੀ ਨਾਲ, ਆਓ ਜਲਦੀ ਦੇ ਨਾਲ ਲੈ ਧੂਰੀ ਵਾਲਿਆਂ ਦੁਨੀਆ ਕਹਿੰਦੀ ਆ ਵੀ ਜੇ ਹੁਣ ਨਾ ਛੱਕੇ ਵਜੇ ਫੇਰ ਕੋਈ ਫਾਇਦਾ ਨੀ ਹੋਣਾ, ਵੀ ਨੱਚਣਾ ਤੇ ਹੁਣੇ ਨੱਚਣਾ, ਘਰੇ ਜਾ ਕੇ ਨਾ ਚੁੱਲ੍ਹੇ ਚ ਲੱਤ ਮਾਰੇ, ਨੱਚਣਾ ਤੇ ਹੁਣੇ ਨੱਚਣਾ। ਲਓ ਸਾਹਮਣੇ ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਹੈ ਤੇ ਧੂਰੀ ਵਾਲਾ ਕਹਿੰਦੇ ਹਰਬੜ ਆ। ਆਓ ਪਾਪੜੇ ਦੀ ਟੀਮ ਮੇਰੇ ਮਿੱਤਰੋ ਬਾਲਾ ਕਮਾਲ ਦੀਆਂ ਪਾ ਰਹੀ ਹੈ। ਲਓ ਪੈਗੀ ਬਾਲ ਬੱਲੇ 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 ਬੱਲੇ, ਤੀਜਾ ਛੱਕਾ ਵੱਜਿਆ ਹਰਮਨ ਦੇ ਬੱਲੇ ਚੋਂ, ਐੜਕੇ ਦੀ ਵੀ ਕਮਾਲ ਗੇਰੀ ਕਰ ਦਿੱਤੀ ਹੈ। ਲਓ ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਫੇਰ ਆਓ ਪਾਪਾ 5 ਰਹੀ ਆ ਤੇ ਮੁੰਡੇ ਸਰਦਾਰ ਦੀ ਬਾਲ ਬੱਲੇ 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 ਇੱਕ ਹੋਰ ਦਿਲ ਮੰਗੇ ਮੋਰ ਵੀ ਇੱਕ ਵਾਰੀ ਹੋਰ ਚੰਨਾ ਇੱਕ ਵਾਰੀ ਹੋਰ ਗੱਲਾਂ ਕਹਿੰਦੇ ਲੱਗਦੇ ਟਕਾਰੇ। ਲਓ ਸਾਹਮਣੇ ਬਾਲ ਪਾਉਣ ਲਈ ਕਹਿੰਦੇ ਗੁਰੂ ਫੇਰ ਸਰਦਾਰ ਕਹਿੰਦੇ ਪਿਆਰ ਵਿਆਰ ਹੈ, ਧੂਰੀ ਵਾਲਾ ਕਹਿੰਦੇ ਹਰਮਨ ਹੈ, ਉਧਰ ਬੀਰੋ ਵਾਲਾ ਕਹਿੰਦੇ ਕਾਲਾ ਪੁੱਜਿਆ ਹੋਇਆ ਹੈ, ਐਨ ਗੱਲਾਂ ਬਾਤਾਂ ਕਹਿੰਦੇ ਟਕਾਰੇ ਲੱਗੀਆਂ ਹੋਈਆਂ ਨੇ, ਬਾਲ ਜਿਹੜੀ ਵਾਈਡ ਹੋ ਚੁੱਕੀ ਹੈ ਨਵੀਂ ਯੋਧੇ ਹੈ। ਲਓ ਸਾਹਮਣੇ ਮੈਚ ਬੜਾ
ਚੋਟੀ ਦਾ ਕਿਤੇ ਖੇਡਿਆ ਜਾ ਰਿਹਾ। ਵਾਕਈ ਵਾਕਈ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ। ਉਧਰ ਸਕੌਜ ਵਾਲਾ ਸੋਨੂ ਵੀ ਕਹਿ ਰਿਹਾ ਲੰਬੇ ਸਮੇਂ ਬਾਅਦ ਕ੍ਰਿਕਟ ਨਾਲ ਜੁੜਿਆ ਹੈ। ਅੱਜ ਕੱਲ ਤੇ ਬਾਜੀ ਵਾ ਆ ਹੁੰਦਾ ਕਹਿੰਦੇ ਬਾਹਲਾ ਕਹਿੰਦੇ ਵੀ ਲਾਈਵ ਹੀ ਹੋ ਜਾਂਦਾ ਪਤੰਦਰ ਪਰ ਸ਼ੱਕਾ ਕਹਿੰਦੇ ਟਿਕਾਣੇ ਦਾ ਫੇਰ ਆਓ ਜਿਹੜਾ ਭਾਜੀਆ ਮੇਰੇ ਮਿੱਤਰੋ ਆਓ ਕਮਾਲ ਦਾ ਸ਼ਾਟ ਕਹਿੰਦੇ ਵਧੀਆ ਸਤਾਉਣ ਵਾਲਾ ਕਹਿਣਾ ਵੀ ਪੰਜਾਬ ਦੀ ਕੋਈ ਪੈਲਸ ਛੱਡਣੀ ਨੀ ਜਿੱਥੇ ਨਾ ਪਹੁੰਚੀਏ ਔਰ ਸਾਹਮਣੇ ਧੂਰੀ ਵਾ ਆਓ ਕਮਾਲ ਕਮਾਲ ਪਹਿਲਾਂ ਸਕੋਰ ਲੱਗਦੇ ਫਿਰ ਫਾਈਨ ਲੱਗਦੇ ਉੱਤੇ ਆਓ ਕਮਾਲ ਦੇ ਛੱਕੇ ਮੁੰਡਾ ਕਹਿੰਦੇ ਜਲੀ ਤੁਰੇ ਆਉਂਦਾ ਆਓ ਮੁੰਡਾ ਕਹਿੰਦੇ ਜਲੀ ਤੁਰੇ ਆਉਂਦਾ ਧੂਰੀ ਪਿੰਡ ਵਾਲਿਆ ਗੱਲ ਟਿਕਾਣੇ ਲਾਉਂਦੀ ਹੈ ਵੀ ਇਹ ਧੂਰੀ ਦਾ ਹਰਮਨ ਕਹਿੰਦੇ ਸਭ ਦਾ ਹਰਮਨ ਪਿਆਰਾ ਵੀ ਇਹਦਾ ਕੁੱਟਿਆ ਬਾਲਰ ਮੁੜ ਕੇ ਬਾਲਾ ਫੜੇ ਦੁਬਾਰਾ ਵੀ ਲੰਬੀ ਹਾਈਟ ਤੇ ਲੰਬੇ ਛੱਕੇ ਹਰਮਨ ਦੀ ਪਹਿਚਾਣ ਹੈ ਇਹ ਧੂਰੀ ਦਾ ਹਰਮਨ ਕਹਿੰਦੇ ਕਾਸਕੋ ਕ੍ਰਿਕਟ ਦੀ ਸ਼ਾਨ ਹੈ ਇਹ ਸਾਡੀ ਖੇਡ ਕ੍ਰਿਕਟ ਦੀ ਸ਼ਾਨ ਹੈ ਕਹਿੰਦੇ ਕਾਸਕੋ ਦਾ ਤੂਫਾਨ ਹੈ ਗੱਲਾਂ ਬਾਤਾਂ ਕਹਿੰਦੇ ਹੁੰਦੀਆਂ ਹੈ ਬਾਲ ਪਾਉਣ ਦੀ ਕਹਿੰਦੇ ਗੱਭਰੂ ਫੇਰ ਪਿਆਰ ਬਰਤਾ ਰਹੇ ਜ਼ਰੂਰ ਪਰ ਟੀਮ ਵਾਲੇ ਮੁੰਡੇ ਵੀ ਫਿੱਟ ਨੇ ਇਹ ਗੱਲਾਂ ਹੋਣ ਗਈਆਂ ਲੈ ਵੀ ਕਰ ਰਿਹਾ ਤੈਨੂੰ ਵੀ ਵੱਡੀ ਮੁਬਾਰਕਬਾਦ ਹੈ ਵੀਰੂ ਕਿਤੇ ਕਿਤੇ ਕਬੱਡੀ ਕੱਪ ਦੇ ਸੁਰਤ ਗੱਡੀ ਦਾ ਵੱਡਾ ਮਾਨ ਸਨਮਾਨ ਹੋਏਗਾ ਵੱਡੀ ਮੁਬਾਰਕਬਾਦ ਹੈ ਵੀਰੂ ਕਿਤੇ ਕਿਤੇ ਕਾਲੇ ਨੂੰ ਮੈਂ ਉਸ ਸਾਹਮਣੇ ਦੇਖਾਂਗੇ ਜਦੋਂ ਵਾਲੇ ਵੀ ਪੀ ਆਰ ਟੀ ਸੀ ਵਾਲੇ ਰੂਲ ਬਣਾਇਆ ਵਾ ਮੈਂ ਵੀ ਲੰਘ ਰਿਹਾ ਦੋ ਤਿੰਨ ਵੀ ਰੂਲ ਆਉਂਦੀ ਹੈ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਛਾਪਾ ਲੰਬੇ ਪਾਣੀ ਬੋਲਿੰਗ ਹੈਗੀ ਆ ਕੋਈ ਚੱਕਰ
ਤੇ ਏਰੀਏ ਦਾ ਕਦੇ ਚੋਟੀ ਦਾ ਖਿਡਾਰੀ ਪੁੱਲ ਦੀ ਟੀਮ ਲਈ ਇਲਾਕੇ ਚ ਸੀ ਕੱਲ ਐਂਡ ਜਿਹੜਾ ਰੋਡ ਸ਼ੀਟਾਂ ਤੋਂ ਨਾਭੇ ਨੂੰ ਜਾਂਦਾ ਹੈ ਜਮਾਂ ਮੋੜ ਤੇ ਪੈਲਸ ਆਉਂਦੀ ਹੈ ਸਰੋਏ ਪੈਲਸ ਇਹਦੇ ਇਲਾਕੇ ਚ ਸੀ ਕੱਲ ਐਨ ਗੱਲ ਕਿਤੇ ਟਕਾਰੀ ਲੱਗੀ ਹੋਈ ਹੈ ਇਹ ਰੇਕਾ ਕਹਿੰਦੇ ਸਾਲੂ ਵਾਲ ਦੀ ਧਰਤੀ ਦਾ ਜਿਹੜਾ ਕਹਿੰਦੇ ਬਾਲ ਪਾਉਣ ਦੇ ਲਈ ਤਿਆਰ ਹੋਣਾ ਤਿਆਰ ਹੈ ਲਵੀ ਰੇਕਾ ਜਲਦੀ ਦੇ ਨਾਲ ਖਿੱਚਣਾ ਪਿਆ ਰਹੀ ਹੰਸ ਆਪਣੇ ਗੁਲਾਬ ਕਹਿੰਦੇ ਇਹਨਾਂ ਦੇ ਹੇੜੇ ਪਿੰਡ ਵਾਲਾ ਇੱਕ ਗੱਲ ਭਾਕੀ ਹੈ ਵੀ ਜੇ ਗੁਲਾਬ ਫੜ ਗਿਆ ਉਹਨੇ ਇਹ ਵੀ ਦੇਖਣਾ ਵੀ ਸਾਹਮਣੇ ਰੇਕਾ ਹੋਇਆ ਫਿਰ ਧੂਰੀ ਵਾਲਾ ਹਰ ਬੜਾ ਉਹਨੇ ਬਖਸ਼ਣਾ ਕੋਈ ਨੀ ਐਨ ਕਦੇ ਕਮਾਲ ਦੀ ਬੈਟਿੰਗ ਕਰਦਾ ਮੇਰੇ ਮਿੱਤਰ ਇਹ ਛੋਟਾ ਧਮਾਕਾ ਐਨ ਕਦੇ ਚਲਦੇ ਵੱਡੇ ਕਰਾਉਂਦਾ ਮੇਰੇ ਮਿੱਤਰ ਸੌ ਹੀ ਬਣਾਉਣਾ 110 ਹੀ ਬਣਾਉਣਾ ਤੇ ਸ਼ੱਕਿਆ ਦੀ ਗੱਲ ਕਰੀਏ ਗਿਰਦੀ ਦੇ ਮੁੰਡਾ ਕਹਿੰਦੇ ਜਿਹੜੀ ਟੀਮ ਲਈ ਖੇਡ ਨਜ਼ਰ ਆ ਰਿਹਾ ਨਾ ਇਹਨਾਂ ਦੇ ਪਿੰਡ ਦੇ ਵਿੱਚ ਬਹੁਤ ਸੋਨੂ ਲਾੜੋ ਵੱਡੇ ਖੇਡ ਵੀਰ ਦੇ ਬਹੁਤ ਪਾਣਾ ਖੇਡਿਆ ਕਹਿੰਦੇ ਨਖੇੜੇ ਦਾ ਕਹਿੰਦੇ ਗੁਲਾਬ ਜਿਹੜੇ ਸਾਹਮਣੇ ਤਿਆਰ ਵਰਤਿਆ ਪਾਪਲਾ ਦੇ ਕਹਿੰਦੇ ਇਲਾਕੇ ਦਾ ਹੈ ਮੁੰਡਾ ਕਹਿੰਦੇ ਤਿਆਰ ਵਰਤਿਆ ਵੀਰੋ ਕਹਿੰਦੇ ਕਹਿੰਦੇ ਬੈਟਿੰਗ ਕਰ ਰਹੇ ਤੇ ਸ਼ੁਰੂ ਕਰ ਚੇਤਾ ਦੀ ਟੀਮ ਜਿਹੜੀ ਬਾਲਾ ਦੇ ਵੀਰੋ ਕਹਿੰਦੇ ਕਹਿੰਦੀ ਸੱਤਾਂ ਤੇ ਸਾਡੀ ਜ਼ਿੰਦਗੀ ਦਾ ਕਹਿੰਦੇ ਮਾਣ ਹੈ ਲਾਗੀ ਲਾਗਾ ਲਗਭਗ 8-9 ਸਾਲ ਹੋ ਗਿਆ ਉਹਨਾਂ ਨੂੰ ਬੜਾ ਪਿਆਰ ਦਾ ਸਤਿਕਾਰ ਬੜੀ ਮੁਸੀਬਤਾਂ ਨੂੰ ਕਹਿੰਦੇ ਲਗਾਤਾਰ ਬਹੁਤ ਸਾਲ ਹੋ ਗਏ ਨੇ ਪਹਿਲੀ ਵਾਰ ਜਿਹੜੀ ਲਾਂਗਲ 8-9 ਸਾਲ ਪਹਿਲਾਂ ਆਪਾਂ ਨੂੰ ਪੈਸਾ ਦਿੱਤੀ ਅਸੀਂ ਅੱਜ ਵੀ ਕੱਪੜੇ ਉਹੀ ਪੈਸੇ ਨਾਲ ਕੱਪੜੇ ਕਿਹੜੇ ਪ੍ਰੈਸ ਦਿੰਦੇ ਆ ਵੀ ਲਾਂਗਲ ਪ੍ਰੈਸ ਦਿੱਤੀ ਸੀ ਮੈਨੂੰ ਫਾਟਾ ਵਾਲਾ ਮੋਬਾਇਲ ਦਿੱਤਾ ਸੀ ਤੇ ਮੈਂ ਕਿਸੇ ਨੂੰ ਗਿਫਟ ਕਰਦਾ ਅੱਜ ਵੀ ਚਲਾਉਂਦਾ ਸਾਹਮਣੇ ਕਹਿੰਦੇ ਬਾਲਾ ਪੈ ਰਹੀ ਉਹਦੀ ਤੇ ਚਰਚਾ ਕਹਿੰਦੇ ਵੱਡੀ ਹੋ ਗਈ ਹੈ ਉਹ ਸਾਲ ਕਹਿੰਦੇ ਵੀ ਬਾਹਰੀਆਂ ਪ੍ਰੈਸਾਂ ਦੇ ਮੋਬਾਈਲ ਵੱਡੇ ਆ ਪਹਿਲੇ ਸਾਲ ਜਦੋਂ ਆਪਾਂ ਇੱਥੇ ਆਏ ਹੈਂ ਕਹਿੰਦੇ ਸ਼ੁਰੂਆਤਾਂ ਕਹਿੰਦੇ 21,000-11,000 ਤੋਂ ਹੋਈਆਂ ਨੇ ਤਾਂ ਅੱਜ ਵੇਖ ਲਿਆ 1,00,000 ਹੈ ਗੱਲ ਕਹਿੰਦੇ ਟਕਾਰੇ ਲੱਗੀ ਹੋਈ ਹੈ ਕਦੀ ਦਾ ਪਿਆਰ ਜਿਹੜਾ ਬਣਿਆ ਹੋਇਆ ਭਰਾਵਾਂ ਦੇ ਨਾਲ ਤੁਹਾਡਾ ਕਹਿੰਦੇ ਧੰਨਵਾਦ ਅਗਲੇ ਪਾਸੇ ਪੈਂਟੀ ਫਰੀਵਾਲ ਹੈ ਇੱਕ ਸਕੂਲ ਦੇ ਕਹਿੰਦੇ ਬਾਅਦ ਦੇ ਅੰਦਰ 35 ਸਾਲੀ ਜ਼ਿੰਦਗੀ ਦਾ ਕਹਿੰਦੇ ਮਾਣ ਹੈ ਨਾਲ ਦਿੱਲੀ ਹੋਰਾਂ ਦਾ ਕਹਿੰਦੇ ਬੜਾ ਪਿਆਰ ਹੈ ਪ੍ਰਬੰਧਕਾਂ ਦੇ ਨਾਲ ਬੜਾ ਕਹਿੰਦੇ ਧੰਨਵਾਦ ਜ਼ਿੰਦਗੀ ਦੇ ਕਹਿੰਦੇ ਮਾਣ ਨੇ ਮੈਂ ਵੀ ਲਾਂਗਾ ਦਾ ਵੇਖ ਸਾਹਮਣੇ ਗੁਲਾਬ ਆ ਗਿਆ ਨਾਲ ਸਾਹਮਣੇ ਗੁਲਾਬ ਕਹਿੰਦੇ ਫਿਰ ਤੋਂ ਤਿਆਰ ਵਾ ਤਿਆਰ ਹੈ ਗੱਲ ਕਦੇ ਟਿਕਾਣੇ ਹੈ ਆਹ ਮੁੰਡਾ ਕਦੇ ਟੌਪ ਦੀ ਬੈਟਿੰਗ ਕਰਦਾ ਮੇਰੇ ਮਿੱਤਰੋਂ ਮੈਂ ਪਹਿਲਾਂ ਵੀ ਦੱਸਿਆ ਵੀ ਅੰਦਰ ਬੜੀ ਤਗੜੀ ਖੇਡੀ ਹੈ ਤੇ ਵੱਡੇ ਕੱਪਾਂ ਦੇ ਸਿਰਾਂ ਕਰਵਾਉਣ ਲੱਗ ਗਿਆ ਤੇ ਛੱਕੇ ਸਾਰੇ ਵੱਡੇ ਮਾਰਦਾ ਲਓ ਕਦੇ ਰੀਕੇ ਦੀ ਵਾਲ ਨਨਹੇੜੇ ਵਾਲਾ ਮੂਹਰ ਦੇ ਵਿੱਚ ਤੇ ਪੂਰਾ ਫਾਇਦਾ ਚੱਕਦਾ ਕਹਿੰਦੇ ਨਨਹੇੜੇ ਪਿੰਡਵਾ ਦੋ ਓਵਰ ਘੇਰੇ ਹੋਣਗੇ ਜੇ ਖਿਡਾਰੀ ਬਾਹਰ ਹੈ ਐਡ ਕਹਿੰਦੀ ਲੋਕਾਂ ਤੇ ਧੂਰੀ ਵਾਲਾ ਕਹਿੰਦੇ ਹਰਬਲ ਖੜਾ ਐਡ ਲਈ ਲਾਗਾ ਕਹਿੰਦੀ ਰੇਡ ਆਉਂਦੀ ਹੈ ਚੱਲੀ ਜਾਂਦਾ ਮਿਸਤਰੀ ਕਹਿੰਦੇ ਆਪਣਾ ਕੰਮ ਜਿਹੜਾ ਕਰੀ ਜਾਂਦੇ ਨੇ ਬਾਗਾ ਕਹਿੰਦੇ ਧੰਨਵਾਦ ਸਟੇਜ ਵਾਲਾ ਕੰਮ ਵੀ ਦੋਨੇ ਪਾਸੇ ਮਿਸਤਰੀਆਂ ਦਾ ਧੰਨਵਾਦ ਵਾਲਾ ਵੀ ਐਨ ਓਕੇ ਜਾਂਦੇ ਹੋ ਗੱਲ ਕਹਿੰਦੇ ਟਿਕਾਣੇ ਲੱਗੀ ਹੋਈ ਹੈ ਲੋਕਲੇ ਪਾਸੇ ਬਾਲ ਪਾਉਣ ਲਈ ਕਹਿੰਦੇ ਗੱਭਰੂ ਫੇਰ ਤੇ ਆ ਰਿਹਾ ਮਿਹਨਤ ਦੇ ਨਾਲ ਸਾਰਾ ਤੁਸੀਂ ਕਹਿੰਦੇ ਜਿਹੜੇ ਮਕਾਨ ਜਿਹੜੇ ਪ੍ਰਾਪਤ ਹੁੰਦੇ ਹੈ ਸਾਡਾ ਧੰਨਵਾਦ ਹੈ ਮੈਂ ਵੀ ਲਾਂਗਾ ਰਿਹਾ ਤੇ ਪਹਿਲਾਂ ਦੇਖ ਰਿਹਾ ਵੀ ਕਹਿੰਦੇ ਪਾਸੇ ਦਰਖਤੀ ਦਰਖਤ ਸੀਗੇ ਤੇ ਗੱਲਾਂ ਕਹਿੰਦੇ ਟਿਕਾਣੇ ਆ ਹੁਣ ਦਿਸ਼ਾ ਜਿਹੜੀ ਬਦਲੀ ਹੈ ਗਰਾਊਂਡ ਦੀ ਹਰ ਇੱਕ ਸਾਲ ਕੋਈ ਨਾ ਕੋਈ ਨਵਾਂ ਹੁੰਦਾ ਹੈ ਕਦਰ ਦੇ ਪਾਸੇ ਪੈਂਦੀ ਹੋਈ ਗਾਲ ਛੇ ਸਕੋਰ ਦੇ ਕਿਹੜੇ ਵਾਧੇ ਜਿਹੜੇ ਕਰ ਦਿੱਤੇ ਆ ਮੁੰਡੇ ਨੇ ਆਹ ਕਹਿੰਦੇ 6 ਸਕੋਰ ਉਧਰ 4 ਸਕੋਰ ਦੇ ਵਾਧੇ ਜਿਹੜੇ ਕਰਦੇ ਖੇਡ ਦੇ ਮੈਦਾਨ ਅੰਦਰ ਗੱਲ ਕਹਿੰਦੇ ਟਿਕਾਣੇ ਲੱਗੀ ਹੈ ਕਵਰ ਦੇ ਵਿੱਚ ਸ਼ੌਟ ਖੇਡੇ ਆ ਛੱਕਾ ਕਦੇ ਜੁੜਿਆ ਮੇਰੇ ਮਿੱਤਰੋਂ ਬੱਲੇ ਬੱਲੇ ਕਦੇ ਕਰਬਾਰ ਹੁੰਦੀ ਹੈ ਰਿੰਕੇ ਆਹ ਗੱਲ ਟਿਕਾਣੇ ਲੋੜੀ ਪੈ ਰਹੀ ਹੈ ਪੈਂਦੀਆਂ ਬਾਲਾਂ ਤੇ ਟੁੱਕੀ ਕੱਢੀ ਆਉਂਦਾ ਮੁੰਡਾ
ਨਨਹੇੜੇ ਪਿੰਡਵਾ ਸ਼ਗਨਿਕੀਆਂ ਦਾ ਪਾਪਾ ਆਓ ਸਭ ਨੇ ਖੇਡਿਆ ਸ਼ਾਟ ਤੇ ਬਾਲ ਹੁਣ ਡਾਊਟ ਹੋਈ ਹੈ ਹੁਣ ਡਾਊਟ ਹੋਈ ਹੈ ਰੇਕੇ ਨੇ ਪਾਲਾ ਚਾਰ ਪਾਈਆ ਤੇ ਸ਼ਗਨ ਕਹਿੰਦੇ ਕੀ ਰਵਾਂ ਦਾ ਬਾਹਲਾ ਵੱਡਾ ਪਿਆ ਹੋਇਆ ਇੱਕ ਗੱਲ ਵੀ ਰਿੰਗਾ ਥੋੜਾ ਅਨਫਿਟ ਆ ਪੈਰ ਤੇ ਸੱਟ ਵੱਜੀਏ ਸਾਰੇ ਖਿਡਾਰੀ ਜਲ ਰਹੇ ਆ ਪਰ ਉਧਰ ਕਹਿ ਦੀਏ ਵੀ ਪੁੱਲ ਵਾਲੀ ਮੰਨੇ ਨੀ ਕਹਿੰਦੇ ਖਿਡਾਉਣਾ ਦੇ ਰੇਕਾ ਹੀ ਖਿਡਾਇਆ ਦੇ ਕੱਪ ਦੇ ਵੇਖਿਆ ਮੁੰਡਾ ਖੇਡਦਾ ਬਾਹਲਾ ਤਗੜਾ ਖੇਡਿਆ ਫੀਨੜੀ ਦੇ ਕੱਪ ਦੇ ਬਾਹਲਾ ਤਗੜਾ ਖੇਡਿਆ ਕਹਿੰਦੇ ਰੇਕਾ ਸਾਨੂੰ ਵਾਲੀ ਜਿਹੜੇ ਧਰਤੀ ਦਾ ਇਲਾਕੇ ਦਾ ਪਿੰਡ ਹੈ ਗੁਰਜਿੰਦਰ ਢਿੱਲੋਂ ਹੋਈ ਆਸਟ੍ਰੇਲੀਆ ਵਾਲੇ ਭਰਾ ਸਾਡੇ ਨਾਲ ਰਵੀ ਕਨੇਡਾ ਦੇ ਨਾਲ ਜੋਤੀ ਰੱਜੇ ਵਾਲਾ ਕਨੇਡਾ ਜਿਹੜਾ ਭਰਾ ਪੁੱਜੇ ਹੋਏ ਹੈ ਬੜਾ ਵਧੀਆ ਮੇਲਾ ਕਰਵਾਇਆ ਹੈਪੀ ਵਰਗੇ ਵਿਕਟੋਰੀ ਵਰਗੇ ਭਰਾਵਾਂ ਨੇ ਹੈਪੀ ਆਸਟ੍ਰੇਲੀਆ ਰਾਜ ਜੁਪੀਟਰ ਵਰਗੇ ਉਹ ਵੀ ਭਰਾ ਕਹਿੰਦੇ ਹੈਗੇ ਆ ਕੱਲਾ ਕਾਲਾ ਨੀ ਆਇਆ ਕੱਲਾ ਐਨ ਕਹਿੰਦੇ ਆਈਲੈਂਡ ਆ ਗਿਆ ਜਿਹੜਾ ਕਨੇਡਾ ਅਮਰੀਕਾ ਦੇ ਵੀਜ਼ੇ ਲਵਾਉਂਦਾ ਕੱਲਾ ਹੁੰਦੀਆਂ ਲੱਗੇ ਕਾਲੇ ਬਾਈ ਧੰਨਵਾਦ ਆਏ ਕਾਲਾ ਸਾਡਾ ਵੀਰ ਕਹਿੰਦੇ ਇੰਸਟੀਚਿਊਟ ਵਾਲੇ ਭਰਾ ਪੁੱਜ ਗਏ ਬੜਾ ਧੰਨਵਾਦ ਕਰਾਂਗੇ ਉਹ ਕਹਿੰਦੇ ਕਹਿੰਦੇ ਆਈਲੈਂਡ ਸੈਂਟਰ ਦੇ ਭਰਾ ਸਾਡੇ ਦੇ ਨਾਲ ਰਾਜੂ ਕਹਿੰਦੇ ਯੂਪੀਟਰ ਉਹ ਵੀ ਕਹਿੰਦੇ ਪੁੱਜ ਗਿਆ ਪਹਿਲਾਂ ਕਹਿੰਦੇ ਟਕਾਣੇ ਆ ਕਾਲੇ ਵਰਗੇ ਭਰਾ ਜਿਹੜੇ ਬੋਲੇ ਉਹ ਵੀ ਕਾਲੇ ਚੜਾ ਲਿਓ ਸਟੇਜ ਤੇ ਬੜਾ ਧੰਨਵਾਦ ਜ਼ਿੰਦਗੀ ਦੇ ਕਹਿੰਦੇ ਮਾਣ ਨੇ ਓਵਰ ਦੀ ਸਮਾਪਤੀ ਦੇ 26 ਰਨ ਜਿਹੜੇ ਬਣ ਗਏ ਆ ਇੱਕ ਓਵਰ ਤੇ 26 ਰਨ ਜਿਹੜੇ ਕਹਿੰਦੇ ਫਿਰ ਫਿਰ ਮੈਦਾਨ ਅੰਦਰ ਬਣ ਗਏ ਮੇਰੇ ਮਿੱਤਰ ਜਰੂਰ ਸੰਪਰਕ ਬਣਾ ਲੋ ਹਸਨਪੁਰੀ ਵਾਲੇ ਨਾਲ 101% ਲੈ ਵੀ ਬਿਲਕੁਲ ਸਹੀ ਜਿਹੜੇ ਕੰਮ ਕਰਦਾ ਭਰਾ ਸਾਡੇ ਐਨ ਸਹੀ ਵੀ ਜਿਹੜਾ ਲਵਾਉਂਦਾ ਸਾਡਾ ਭਰਾ ਮਾਸਟਰ ਦਾ ਮਾਸਟਰ ਇੰਸਟੀਚਿਊਟ ਬਾਕੀ ਦਾ ਮਾਸਟਰ ਇੰਸਟੀਚਿਊਟ ਵਾਲੇ ਵੀਰ ਸਾਡੇ ਐਨ ਗੱਲ ਕਹਿੰਦੇ ਟਿਕਾਣੇ ਲੱਗਦੇ ਆ ਬਾਈ ਜੀ ਇੱਕ ਬੇਨਤੀ ਆ ਖਿਡਾਰੀ ਦੇ ਦਰਸ਼ਕ ਵੀਰਾਂ ਨੂੰ ਜਿਹੜੇ ਭਰਾ ਚਾਹ ਪੀਂਦੇ ਆ ਭਰਾ ਬਣ ਕੇ ਉੱਥੇ ਖੜ ਕੇ ਪੀ ਕੇ ਬਾਈ ਜੀ ਕੱਪ ਉੱਥੇ ਰੱਖ ਕੇ ਜਾਓ ਭਰਾ ਬਣ ਕੇ ਗਰਾਊਂਡ ਦੇ ਚਾਰੇ ਪਾਸੇ ਕੱਪ ਜਿਹੜੇ ਪਏ ਆ ਸੇਵਾਦਾਰ ਉਧਰ ਡਿਊਟੀ ਲਵਾਉਣ ਦੇ ਫਿਰ ਕੱਪ ਚੱਕ ਕੇ ਲੈ ਕੇ ਆਉਣ ਬੇਨਤੀ ਆ ਵੀ ਜਿਹੜੇ ਵੀ ਦਰਸ਼ਕ ਜਾਂ ਖਿਡਾਰੀ ਚਾਹ ਛਕ ਰਿਹਾ ਭਰਾ ਬਣ ਗਿਆ ਉੱਥੇ ਖੜ ਕੇ ਛਕ ਲਿਆ ਕਰੋ ਤੇ ਕੱਪ ਉੱਥੇ ਰੱਖੋ ਜੀ ਜਿੱਥੇ ਬਰਤਨ ਜਿਹੜੇ ਧੋਤੇ ਜਾ ਰਹੇ ਆ ਭਰਾ ਬਣ ਕੇ ਲੈ ਵੀ ਬਾਈ ਸਾਰੀਆਂ ਟੀਮਾਂ ਦੇ ਪਲੇਅਰ ਜਿਹੜੇ ਨੋਟ ਕਰ ਲੈ ਭਾਵੇਂ ਕੋਈ ਪਲੇਅਰ ਆ ਭਾਵੇਂ ਕੋਈ ਦਰਸ਼ਕ ਵੀਰ ਆ ਭਾਵੇਂ ਕੋਈ ਪ੍ਰਬੰਧਕ ਆ ਵੀਰ ਬਣ ਕੇ ਜਿਹੜੇ ਚਾਹ ਪਾਣੀ ਆ ਬਾਈ ਉੱਥੇ ਖੜ ਕੇ ਆਪਾਂ ਜਿਹੜਾ ਪ੍ਰਸ਼ਾਦਾ ਬਾਈ ਛਕ ਲਈਏ ਭਰਾ ਬਣ ਕੇ ਕਿਉਂਕਿ ਜਿਹੜੇ ਸਾਡੇ ਸੇਵਾਦਾਰ ਨੇ ਉਹਨਾਂ ਨੂੰ ਬੜੀ ਮੁਸ਼ਕਿਲ ਆ ਰਹੀ ਹੈ ਜਿਹੜੇ ਕੱਪ ਉੱਥੇ ਹੁੰਦੇ ਨੀ ਹੈਗੇ ਬੜੀ ਦੂਰੋਂ ਲਿਆਉਣੇ ਪੈਂਦੇ ਆ ਚੱਕ ਚੱਕ ਕੇ ਮੇਰੀ ਬੇਨਤੀ ਆ ਭਰਾਵਾਂ ਨੂੰ ਲਓ ਸਾਹਮਣੇ ਦੇਖਾਂਗੇ ਵੀ ਬਾਲ ਪਾਉਣ ਦੇ ਲਈ ਗੱਭਰੂ ਕਹਿੰਦੇ ਫੇਰ ਆਹ ਗੁਰਵਿੰਦਰ ਮਾਨ ਆਇਆ ਮੇਰੇ ਵੀਰੇ ਬਾਲ ਪਾਉਣ ਦੇ ਲਈ ਤੇ ਪਿਆਰ ਨਾਲ ਪਿੰਡ ਦੇ ਵਿੱਚ ਬਾਹਰ ਕੁਝ ਨਹੀਂ ਜਾਂਦਾ ਜੋੜਿਆ ਕਾਲਾ ਬਾਈ ਆਇਆ ਹਸਨਪੁਰੀ ਆ ਦਾ ਮਾਸਟਰ ਸਾਡੇ ਕਹਿੰਦੇ ਇੰਸਟੀਚਿਊਟ ਵਾਲੇ ਪਿਛਲੇ ਸਾਲ ਵੀ ਮੈਨੂੰ ਯਾਦ ਹੈ ਐਨ ਭਰਾਵਾਂ ਨੇ ਕਹਿੰਦੇ ਵੱਡੇ ਮਾਣ ਕੀਤੇ ਸੀਗੇ ਕਿਉਂਕਿ ਹਰ ਇੱਕ ਸਾਲ ਨਾਲ ਖੜਦਾ ਭਰਾ ਸਾਡਾ ਵੱਡਾ ਧੰਨਵਾਦ ਹੈ ਕਾਲਾ ਸਾਡਾ ਵੀਰ ਹਸਨਪੁਰੀ ਦਾ ਵੱਡਾ ਮੇਲਾ ਵੀ ਕਰਵਾਉਂਦੇ ਰਹੇ ਆ ਮੇਰੇ ਆਪਣੇ ਸਮਿਆਂ ਦੇ ਵਿੱਚ ਤੇ ਗੱਲਾਂ ਕਹਿੰਦੇ ਹੁੰਦੀ ਹੈ ਹਰ ਇੱਕ ਸਾਲ ਪੁੰਨਾ ਵਾਲ ਦੇ ਵਿੱਚ ਕਹਿੰਦੇ ਵੱਡੀ ਹਾਜ਼ਰੀ ਹੁੰਦੀ ਹੈ ਬਾਲ ਪਾਉਂਦੀ ਕਹਿੰਦੇ ਗੱਭਰੂ ਫੇਰ ਕਹਿੰਦੇ ਪਿਆਰ ਸਾਹਮਣੇ ਨਨਹੇੜੇ ਵਾਲਾ ਆਓ ਨਨਹੇੜੇ ਵਾਲਾ ਮੇਰੇ ਮਿੱਤਰੋ ਆ ਸਾਈਡ ਤੇ ਬਾਹਲਾ ਤਗੜਾ ਖੇਡਦਾ ਕਹਿੰਦੇ ਸਕੁਅਰ ਲੈਗ ਫਾਈਨ ਲੈਗ ਦੇ ਛੱਕੇ ਚੌਕੇ ਕਮਾਲ ਦੇ ਮਾਰਦਾ ਮੇਰੇ ਮਿੱਤਰੋ ਆਹ ਪੱਲੇ ਪੱਲੇ ਕਰਵਾ ਰੱਖੀ ਹੈ ਚਰਚਾ ਕਰਵਾ ਰੱਖੀ ਹੈ ਤੇ ਮਿੱਤਰਾਂ ਦਾ ਰਹਿੰਦਾ ਸੁਰਖੀਆਂ ਚ ਨਾਮ ਤੇ ਯਾਰ ਤੇਰਾ ਮਾਲਕ ਦੀ ਕਲੀ ਵਾਂਗੂ
ਏਰੀਏ ਚ ਹਿੱਟ ਬਲੀਏ, ਮੈਂ ਕਹਿੰਦੇ ਹਿੱਟ ਬਲੀਏ, ਅੱਜ ਕੌਣ ਹਿੱਟ ਹੁੰਦਾ ਗੱਲਾਂ ਸਮੇਂ ਦੀਆਂ ਹੋਣਗੀਆਂ। ਮਾਣ ਕਹਿੰਦੇ ਬਾਲਾ ਪਾ ਰਹੇ ਹੈ, ਗੁਰਵਿੰਦਰ ਸਿੰਘ ਨਾਮ ਹੈ, ਐਨ ਦੁਨੀਆ ਕਹਿੰਦੇ ਮਾਣ ਮਾਣ ਕਹਿੰਦੀ ਹੈ। ਲਓ ਸਾਹਮਣੇ ਕਹਿੰਦੇ ਕੋਟਲੇ ਵਾਲੇ ਦੀ ਗੱਲ, ਇਹਨਾਂ ਵਿੱਚ ਕੈਨੇਡਾ ਦੇ ਇੱਕ ਸਾਲ ਕਹਿੰਦੇ ਹੋਲੇ ਵਾਲਾ ਜੱਗਾ ਨਵਾਂ ਮੋਟਰਸਾਈਕਲ ਜਿੱਤੇ ਸੀ ਧਰਤੀ ਤੋਂ, ਜਿਹੜੇ ਸਾਲ ਕਹਿੰਦੇ ਬਹੁਤ ਤਕੜਾ ਖੇਡੀ ਹੈ। ਹੋਲੇ ਦੀ ਟੀਮ ਕੈਂਪਰ ਨਾਲ ਫਾਈਨਲ ਲੱਗਿਆ ਸੀ, ਨਵੀਂ ਯੋਧੇ ਹੈ, ਮੇਰੇ ਅੱਜ ਵੀ ਯਾਦ ਹੈ ਜਦੋਂ ਹੋਲੇ ਵਾਲਾ ਜੱਗਾ ਕਹਿੰਦੇ ਨਵਾਂ ਮੋਟਰਸਾਈਕਲ ਜਿੱਤਿਆ, ਉਧਰਲੇ ਪਾਸੇ ਬਾਲਾਂ ਸਾਰੀਆਂ ਉਧਰ ਰੱਖੀਆਂ ਕਣਕ ਦੇ ਵਿੱਚ। ਆਓ ਬਾਕੀ ਬਾਕੀ ਬਾਲਾਂ ਤੇ ਬਿੱਲਿਆਂ ਦੀ ਕਣਕ ਜੋ ਲੱਭੀਆਂ ਸੀ ਉਦੋਂ, ਆਹ ਟੀਮਾਂ ਦੇ ਕੱਟ ਦੇ ਜਾਂਦੀ ਸੀ, ਪਰ ਬਿੱਲਿਆਂ ਵਾਲੀ ਮੋਟਰ ਤੇ ਬਾਲਾਂ ਡਿੱਗੀਆਂ ਜਾ ਜਾ ਕੇ। ਨਾ ਉਸ ਸਾਹਮਣੇ ਕਹਿੰਦੇ ਬਾਲ ਪਈ ਤੇ ਰਣ ਜਿਹੜਾ ਸਿੰਗਲ ਮੁੰਡੇ ਨੇ ਕਹਿੰਦੇ ਜੋੜ ਲੱਤਾ ਹੈ। ਆਹ ਗੋਬਿੰਦਪੁਰ ਵਾਲਾ ਲਓ ਦੇਖਿਆ ਕਿ ਸਾਹਮਣੇ ਗਏਗਾ ਮੇਰੇ ਮਿੱਤਰ ਗੋਬਿੰਦਰ ਹੈ। ਇੱਕ ਗੱਲ ਵਾਲਾ ਵੀ ਸਟਾਰ ਰਨ 33 ਬਣ ਗਏ ਤੇ ਗੁਲਾਬ ਨੇ ਉਹ ਮੁੰਡੇ ਨੂੰ ਹਜੇ ਤੱਕ ਬਾਲ ਨਹੀਂ ਖੇਡਣ ਦਿੱਤੀ ਹੋਈ। ਹਾਈ ਜਸ 77 ਰਹਿ ਗਏ ਵੀਰੇ, ਮੈਚ ਨੂੰ ਸ਼ੇਅਰ ਕਰ ਦੋ ਸਾਰੇ ਜਣੇ। ਰਵਿੰਦਰ ਕੁੰਡੂ ਤਿਆਰ ਬਰ ਤਿਆਰ ਹੈ ਖੇਡ ਦੇ ਗਰਾਊਂਡ ਦੇ ਅੰਦਰ, ਬਾਲ ਪਾਉਣ ਦੇ ਲਈ ਕਿਹੜੇ ਗੱਭਰੂ ਫੇਰ ਤਿਆਰ ਬਰ ਤਿਆਰ ਹੈ। ਮੈਚ ਬੜਾ ਚੋਟੀ ਦਾ ਹੈ, ਬਾਲ ਪਾਉਣ ਦੇ ਲਈ ਕਿਹੜੇ ਪੰਨਾ ਬਾਲ ਦੀ ਧਰਤੀ ਦਾ ਕਿਹੜੇ ਮੁੰਡਾ ਤਿਆਰ ਹੈ। ਆਪਣੇ ਹੋਮ ਗਰਾਊਂਡ ਦੇ ਵਿੱਚ ਖੇਡਦਾ ਨਜ਼ਰ ਆ ਰਿਹਾ ਹੈ, ਜਿਹੜੇ ਗਰਾਊਂਡ ਦੀ ਕਹਿੰਦੇ ਬਹੁਤ ਵੱਡੀ ਮਿਹਨਤ ਕੀਤੀ ਹੈ ਮੁੰਡਿਆਂ ਨੇ। ਬਾਲ ਪਾਉਣ ਦੇ ਕਿਹੜੇ ਗੱਭਰੂ ਫੇਰ ਕਹਿੰਦੇ ਤਿਆਰ ਬਰ ਤਿਆਰ ਆ। ਬਾਲ ਤੇ ਖੜਕਾ ਵਰਗਾ ਕਰਾਉਣਾ ਪੈਣਾ, ਪੈਂਦੀ ਹੋਈ ਬਾਲ ਐਨ ਗਗਨ ਵਰਗੇ ਭਰਾ ਸਾਡੇ ਕਨੇਡਾ ਨਾਲ ਗੁਰੀ ਵਰਗੇ ਭਰਾ ਨੇ ਵਧੀਆ ਮੇਲਾ ਕਰਵਾਇਆ ਗੋਬਿੰਦਪੁਰ ਪਾਪੜੇ ਦੇ ਵਿੱਚ, ਤੇ ਚਰਚੇ ਕਿਹੜੇ ਕਰਵਾਏ ਹੈ। ਲਓ ਸਾਹਮਣੇ ਮੁੰਡੇ ਉਸੇ ਪਿੰਡ ਚ ਲੈ ਕੇ ਆਏ ਹੈ। ਬਾਕੀ ਗੱਲ ਕਹਿੰਦੇ ਟਿਕਾਣੇ ਲਾ ਦਿੱਤੀ ਹੈ ਗੁਰਵਿੰਦਰ ਮੇਰੇ ਮਿੱਤਰ, ਕੁਲਵਿੰਦਰ ਮੇਰੇ ਮਿੱਤਰੋ, ਇੱਕ ਪਾਸੇ ਗੁਰਵਿੰਦਰ ਬਾਲਾ ਬਾਬਾ ਤੇ ਕੁਲਵਿੰਦਰ ਕਹਿੰਦੇ ਬੈਟਿੰਗ ਕਰਦਾ ਤੇ ਸ਼ਟਰ 4 ਰਨ ਕਹਿੰਦੇ ਮੁੰਡੇ ਨੇ ਆਪਣੀ ਟੀਮ ਦੇ ਲਈ। ਮਿਡ ਵਿਕਟ ਏਰੀਏ ਦੇ ਵਿੱਚ ਕਹਿੰਦੇ ਜੋੜ ਜਿਹੜੇ ਰੱਪੇ ਹੈ, ਨਾ ਪਾਲ ਪਾਉਣ ਦੇ ਲਈ ਗੁਰਵਿੰਦਰ ਮਾਨ ਕਹਿੰਦੇ ਫੇਰ ਵੜ ਗਿਆ। ਨਾ ਉਹ ਸਾਹਮਣਾ ਕਰਨ ਦੇ ਲਈ ਮੁੰਡਾ ਕਹਿੰਦੇ ਕੁਲਵਿੰਦਰ ਕੁਲਵਿੰਦਰ ਹੋ ਗਈ ਖੜੀ ਹਵਾ ਦੇ ਵਿੱਚ ਬਾਲ ਤੇ ਮੁੰਡਾ ਕਹਿੰਦੇ ਆਊਟ ਕੇ ਵਾਪਸ ਹੈ। ਆਓ ਸਾਹਮਣੇ ਆਹ ਆ ਗਿਆ ਡੇਰਾ ਸੀਹਾ ਪਿੰਡ ਹੈ, ਬਾਬਾ ਕਾਲੀ ਫੂਲਾ ਸਿੰਘ ਦਾ ਪਿੰਡ ਹੈ ਡੇਰਾ ਸੀਹਾ ਪਿੰਡ, ਬਦਲਾ ਦੇ ਕਹਿੰਦੇ ਇਲਾਕੇ ਦਾ ਮੁੰਡੇ ਮੋੜਕ ਦੇ ਇਲਾਕੇ ਤੋਂ ਕਹਿੰਦੇ ਚੱਲ ਕੇ ਆਏ ਹੈ। ਗੋਬਿੰਦਰ ਆਪਣਾ ਪਿੰਡ ਆ ਗਿਆ ਕਹਿੰਦੇ ਸੀਤਾ ਡੇਰਾ ਸੀਹਾ ਵੀ ਕਿਹੜੇ ਧਰਤੀ ਦਾ ਆਪਣੇ ਸਮੇਂ ਦਾ ਪੂਰਾ ਖਿਡਾਰੀ ਹੈ। ਅਗਲੀਆਂ ਟੀਮਾਂ ਜਿਹੜੀਆਂ ਰਹਿਣੀ ਰਹਿਣ ਜੋਧਪੁਰ ਚੀਮਿਆਂ ਦੀ ਬਾਲ ਹੋਣੀ ਹੈ ਤੇ ਬੈਟਿੰਗ ਦੀ ਟੀਮ ਕਹਿੰਦੇ ਬੀਰੋਕੇ ਦੀ ਹੋਵੇਗੀ। ਇਸ ਤੋਂ ਬਾਅਦ ਆ ਗਈਆਂ ਟੀਮਾਂ ਤਿਆਰੀ ਦੇ ਵਿੱਚ ਰਹਿਣਗੀਆਂ। ਬਾਕੀ ਉਹ ਵੀ ਮੁਕਾਬਲਾ ਕਦੇ ਬੜਾ ਤਕੜਾ ਖੇਡਿਆ ਜਾਣਾ ਹੈ ਬਾਈ ਜੀ, ਇਕੱਠੇ ਲਾਈਏ ਤੇ ਹੁਣ ਲਾਈਏ ਖੇਡ ਕੇ ਕਿ ਮੈਚ ਆਪਣੇ ਬਹੁਤ ਰਹਿੰਦੇ ਹੈ। ਪ੍ਰਬੰਧਕਾਂ ਦੀ ਕਹਿੰਦੇ ਟੀਮ ਖੇਡਦੀ ਨਜ਼ਰ ਆ ਰਹੀ ਹੈ, ਸਵੇਰ ਖੇਡ ਦੇ ਮੈਦਾਨ ਅੰਦਰ ਅਗਲਾ ਬੱਲੇਬਾਜ ਆਓ ਸਾਹਮਣੇ ਕਰਨ ਦੇ ਲਈ ਆਓ ਸੀਤਾ ਕਹਿੰਦੇ ਮੇਰੇ ਮਿੱਤਰ ਦਿਲਾਂ ਦੀ ਧਰਤੀ ਦਾ ਮੁੰਡਾ ਕਹਿੰਦੇ ਤਿਆਰਾ ਮਾਰ ਰਹੀਆਂ ਵਾਲਾ ਪੈ ਰਹੀਆਂ ਸੇਰੇ ਪਿਆਰਦਾ ਸੇਬੂ ਤੇ ਸੰਗਰੂਰ ਵਾਲਾ ਕਹਿੰਦੇ ਮੱਖਣ ਮੇਨ ਅਫੀਸ਼ੀਅਲ ਹੈ ਇਸੇ ਮੈਚ ਦੇ ਮੇਰੇ ਮਿੱਤਰ, ਉਹਨਾਂ ਦਾ ਵੀ ਪਤਾ ਧਰਦਾ ਸੰਗਰੂਰ ਵਾਲਾ ਮੱਖਣ ਕਹਿੰਦੇ ਕ੍ਰਿਕਟ ਬੜੀ ਤਕੜੀ ਖੇਡੇ ਤੇ ਅੱਜ ਕੱਲ੍ਹ ਅਫੀਸ਼ੀਅਲ ਪੈਰਿੰਗ ਦੇਣੀ ਸ਼ੁਰੂ ਕਰ ਦਿੱਤਾ। ਬਾਕੀ ਕਿਹੜੀ ਗੱਲ ਟਿਕਾਣੇ ਲੱਗੀ ਹੋਈ ਹੈ, ਡੇਰਾ ਸੀਹਾ ਪਿੰਡ ਹੈ, ਇਹਦੇ ਪਿੰਡ ਵੀ ਲੱਗੀਆਂ ਸੀ ਰੌਣਕਾਂ ਐਨ ਚਾਚੇ ਕਿਤੇ ਕਰਵਾਏ 27 ਤਰੀਕ ਨੂੰ ਮਿਲਾਣਾ ਪੈ ਵਿੱਚ ਜਿਹੜਾ ਕਿਹੜੇ ਟਿਕਾਣੇ ਆਏ ਬੜੀ ਵਧੀਆ ਪੈਸ ਬਣੀ ਹੋਈ ਹੈ। ਕਹਿੰਦੇ ਡੇਰਾ ਸੀਹਾ ਬਾਲ ਪਾਉਣ ਰਿਸ਼ੀ ਫੇਰ ਆ ਗਿਆ, ਕਹਿੰਦੇ ਤਿਆਰ ਬਰ ਤਿਆਰ ਆ ਮੈਚ ਵੀ ਚੋਟੀ ਦਾ ਪੈਂਦੀ ਹੋਈ ਬਾਲ ਲਓ ਸਾਹਮਣੇ ਮਾਰਦੀ ਹੈ ਕਹਿੰਦੇ ਬਾਲਾ ਉਦੋਂ ਭਾਗ ਪੈਲਸ ਵਾਲਾ ਭਰਾ ਵੀ ਪੁੱਜਿਆ ਹੋਇਆ ਐਨ ਭਿੰਦਰ ਸਰਪੰਚ ਲਾਲੀ ਭਿੰਦਰ ਰੌਣਕਾਂ ਕਹਿੰਦੇ ਗੱਡੀਆਂ ਲੱਗੀਆਂ ਹੋਈਆਂ ਨੇ ਕਹਿੰਦੇ ਰੌਣਕਾਂ ਪੈ 18 ਤਰੀਕ ਤੱਕ ਐਨ ਕੋਈ ਰੇਟ ਵੀ ਨਹੀਂ ਹੈਗੀ। ਇਸ ਤੋਂ ਬਾਅਦ ਥੋੜੇ ਜਿਹੇ ਫੇਰ ਘੱਟਣਗੇ ਵਿਆਹ ਤੇ ਚਾਚੇ ਕਿਹੜੇ ਹੋਏ ਆ ਪੈਂਦੀ ਹੋਈ ਬਾਲ ਉਧਰ ਦੇ ਪਾਸੇ ਇੱਕ ਸਕੋਰ ਜੁੜ ਗਏ ਨੇ
ਦੋ ਰਨ ਦੇ ਫਾਦੇ ਜਿਹੜੇ ਸੀਪੇ ਦੇ ਕਰ ਦਿੱਤੇ ਆ ਸਤਾਜ ਵਾਲਾ ਦੀ ਗੱਲ ਕਹਿੰਦੇ ਬਾਲਾ ਵੀ ਰਹਿੰਦਾ ਪਰ ਇੱਕ ਗੱਲ ਪੱਕੀ ਹੈ ਵੀ ਜਿਹੜਾ ਖਾਲਾ ਜੋਤੀ ਨੂੰ ਪਤਾ ਖਿਡਾਰੀ ਵੀ ਆਊਟ ਹੋ ਗਿਆ ਹੈ 39 ਓਵਰ ਜੀ ਬਣ ਗਿਆ 39 ਜਿਹੜੇ ਹੋ ਗਏ ਹੈ ਆ ਜੀ ਅਗਲਾ ਬਾਲਰ ਹੁਣ 24 ਬਾਲਾਂ ਦੇ ਵਿੱਚ ਇੱਕ ਹੱਥਾਂ ਰਨ ਰਹਿ ਗਏ ਜਿੱਤਾਂ ਦੇ ਲਈ ਉਹ ਕਹਿੰਦੇ ਧੂਰੀ ਵਾਲਾ ਹਰਮਨ ਆ ਗਿਆ ਬਾਲ ਪਾਉਣ ਦੇ ਲਈ ਫਿਰ ਦੇ ਮੈਦਾਨ ਅੰਦਰ ਲਾਲ ਸਿੰਘ ਵੀ ਪੁੱਜਿਆ ਹੋਇਆ ਕਿਤੇ ਸਿਹਰੇ ਪਿੰਡ ਵਾਲਾ ਜਿਹੜੇ ਪਟਿਆਲੇ ਦਾ ਕਹਿੰਦੇ ਮਾਨ ਹੈ 45 ਬਣ ਗਏ ਜੀ ਧੂਰੀ ਵਾਲਾ ਕਹਿੰਦੇ ਹਰਮਨ ਆ ਗਿਆ ਬਾਲ ਪਾਉਣ ਦੇ ਲਈ ਉਧਰ ਮੋਗਿਆਂ ਦੇ ਭਰਾਵਾਂ ਦਾ ਵੀ ਧੰਨਵਾਦ ਹੈ ਹਾਰਾਂ ਜਿੱਤਾਂ ਬਣੀਆਂ ਨੇ ਪਰ ਉਹਦੇ ਟਾਈਮ ਵਾਲਾ ਕਿਹੜੇ ਨੇ ਧੰਨਵਾਦ ਹੈ ਮੋਗੇ ਵਾਲੇ ਭਰਾਵਾਂ ਦਾ ਕਦੇ ਅਮਨ ਯਾਦੂ ਵਰਗੀਆਂ ਕਹਿੰਦੇ ਗੱਲਾਂ ਹੁੰਦੀਆਂ ਉਧਰਲੇ ਪਾਸੇ ਜਗਰਾਵਾਂ ਦੀ ਕਿਹੜੀ ਗੱਲ ਹੋਈ ਹੈ ਪਰ ਇਹ ਮੁੰਡੇ ਮੋਗੇ ਤੋਂ ਪੁੱਜੇ ਹੋਏ ਆ ਗੈਰੀ ਵਰਗੇ ਗੈਰੀ ਮੋਗੇ ਦਾ ਕਹਿੰਦੇ ਦੁਨੇ ਕੇ ਪਿੰਡ ਹੈ ਜੱਦੀ ਪਿੰਡ ਹੈ ਇਹ ਗੱਲਾਂ ਹੁੰਦੀਆਂ ਹਰਮਨ ਕੌਰ ਭੁੱਲਰ ਵੀ ਆ ਜਿਹੜੀ ਕਹਿੰਦੇ ਇੰਡੀਆ ਟੀਮ ਦੀ ਕਪਤਾਨ ਹੁਣ ਵੀ ਜਲ ਵੀ ਲੰਘ ਰਿਹਾ ਵਾਕਈ ਵਾਕਈ ਹਰਮਨ ਪੁਨੀਤ ਕੌਰ ਦੀਆਂ ਕਦੇ ਗੱਲਾਂ ਹੁੰਦੀਆਂ ਉਧਰ ਦੇਖਾਂਗੇ ਵੀ ਬਾਹਰ ਕਿਤੇ ਪੈ ਗਈ ਹੈ ਨਨਹੇੜੇ ਵਾਲਾ ਛੜਤਾ ਤੇ ਹੁਣ ਲੰਘਿਆ ਮੇਰਾ ਹੱਥ ਰੱਖਿਆ ਕੈਚ ਕਦੇ ਡ੍ਰੌਪ ਜਿਹੜਾ ਕਰ ਦਿੱਤਾ ਗਲਤੀ ਕਿਤੇ ਵੱਡੀ ਹੋ ਗਈ ਹੈ ਪਰ ਇਹਦੀ ਪੜਾਈ ਹੁਣ ਬਾਹਲੀ ਔਖੀ ਹੋ ਰਹੀ ਹੈ ਧੂਰੀ ਵਾਲੀ ਹਰਮਨ ਦੀ ਬਾਤ ਤੇ ਕਹਿ ਦਿੰਦੀ ਜੇ ਮੈਚ ਜਿੱਤ ਕੇ ਥੋੜਾ ਜੀ ਲੱਗਿਆ ਹੈ ਨੌਜਵਾਨਾਂ ਜੇ ਕਿਤੇ ਇੱਥੋਂ ਹਰ ਗਏ ਸਰਬਾਹ ਦੇ ਵਿੱਚੋਂ ਹਜੇ 3 ਦਿਨ ਪਹਿਲਾਂ ਜੀ ਨੀ ਲੱਗਣਾ ਇਹਦੀ ਗੱਲ ਪੱਕੀ ਸਾਹਮਣੇ ਧੂਰੀ ਵਾਲਾ ਕਹਿੰਦੀ ਹਰਮਨ ਕਹਿੰਦੇ ਬਾਲ ਪਾਉਣ ਲਈ ਬੜਾ ਤਿਆਰ ਪਰ ਤਿਆਰ ਹੈ ਲਓ ਧੂਰੀ ਵਾਲਾ ਫੜਕਾਣਾ ਦੀ ਕਿਹੜੇ ਧਰਤੀ ਹੈ ਧੂਰੀ ਸ਼ਹਿਰ ਦੀ ਧਰਤੀ ਜਿਹੜੀ ਧਰਤੀ ਨੇ ਕਹਿੰਦੇ ਮਿੱਠੂ ਧੂਰੀ ਨੂੰ ਜਨਮ ਦਿੱਤਾ ਹੈ ਕਦੇ ਗੁਰਦਾਸਪੁਰ ਧੂਰੀ ਦੀ ਕਹਿੰਦੇ ਗੱਲ ਹੋਈ ਹੈ ਕਦੇ ਕਹਿੰਦੇ ਲਵਲੀ ਨਿਰਮਾਣ ਨੂੰ ਜਨਮ ਦਿੱਤਾ ਹੈ ਜਿਹੜੀ ਧਰਤੀ ਨੇ ਰਾਣਾ ਰਣਵੀਰ ਪੈਦਾ ਕਰਕੇ ਦਿੱਤਾ ਪਾਲੀਵੁੱਡ ਦਾ ਸਟਾਰ ਹੈ ਤੇ ਜਿਹੜੀ ਧਰਤੀ ਦੇ ਕਹਿੰਦੇ ਗੱਲਾਂ ਬਾਤਾਂ ਹੁੰਦੀਆਂ ਰਵੀ ਗਰਾਊਂਡ ਹੋਰਾਂ ਦੀਆਂ ਬੜੇ ਸੋਹਣੇ ਗਾਣੇ ਆਏ ਆ ਗੱਲਾਂ ਹੁੰਦੀਆਂ ਕਦੇ ਸੀਤੇ ਦੀ ਮੁੰਡੇ ਦੀ ਕਦੇ ਰਿਸ਼ੀ ਦੀ ਕਦੇ ਸਟਾਰ ਕਪਲ ਧੂਰੀ ਦੀ ਕਦੇ ਗੱਲ ਹੋਈ ਹੈ ਫਟਕਾਰਾਂ ਦੀ ਕਦੇ ਧਰਤੀ ਹੈ ਪੈਂਦੀ ਹੋਈ ਗਾਲ ਖੇਡ ਦੇ ਗਰਾਊਂਡ ਦੇ ਅੰਦਰ ਇੱਕ ਸਕੋਰ ਦੇ ਕਦੇ ਵਾਧੇ ਆਪਣੀ ਟੀਮ ਦੇ ਲਈ ਗੱਭਰੂ ਨੇ ਕਦੇ ਜੋੜ ਦਿੱਤੇ ਹੈ ਬੇਲਾ ਸੀਹਾਂ ਪੈਂਦਾ ਹੈ ਸੀਪਾ ਕਦੇ ਨਾਮ ਹੈ ਮੁੰਡਾ ਕਹਿੰਦੇ ਸਾਹਮਣੇ ਤਿਆਰ ਦਾ ਤਿਆਰ ਹੈ ਖੇਡ ਦੀ ਗਰਾਊਂਡ ਦੇ ਅੰਦਰ ਅੱਜ ਪੱਲਾ ਵਾਲੀ ਕਿਹੜੀ ਧਰਤੀ ਦੇ ਰੌਣਕਾਂ ਜਿਹੜੀਆਂ ਕਹਿੰਦੇ ਫੱਟੀਆਂ ਲੱਗੀਆਂ ਹੋਈਆਂ ਧੂਰੀ ਵਾਲਾ ਕਹਿੰਦੇ ਹਰਮਨ ਮੁੰਡਾ ਕਹਿੰਦੇ ਬਾਲ ਪਾਉਣ ਲਈ ਤਿਆਰ ਹੈ ਬਾਲ ਪਾਉਣ ਲਈ ਧੂਰੀ ਵਾਲਾ ਕਹਿੰਦੇ ਹਰਮਨ ਫੇਰ ਬਣ ਗਿਆ ਤੇ ਸਾਹਮਣੇ ਦੇਖਾਂਗੇ ਵੀ ਸਾਹਮਣਾ ਕਰਨ ਲਈ ਆਓ ਸੀਤਾ 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 ਬੱਲੇ 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 ਨਾਨਕੇ ਦੇ ਸਿੰਗਲ ਜਿਹੜੇ ਪਾਦੇ ਕਹਿੰਦੇ ਨਨਹੇੜੇ ਵਾਲਾ ਕਹਿੰਦੇ ਗੁਲਾਬ ਆਓ ਫਿਰ ਤੋਂ ਆ ਗਿਆ ਮੈਚ ਬਰਾਬਰੀ ਦਾ ਚੱਲ ਹੀ ਆਉਂਦਾ ਇਹ ਕਹਿ ਸਕਦੇ ਵੀ 3 ਓਵਰ 51 ਰਨ ਸੀਗੇ ਐਲਕੇ ਦੀ ਵੀ ਪੁਨਾ ਵਾਲੀ ਟੀਮ ਦੇ ਤੇ 3 ਓਵਰ ਮੁੱਕਣ ਦੇ ਵਿੱਚ ਹਜੇ 2 ਗਈ 45 ਰਨ ਬਣੇ ਹੋਏ ਆ ਬਰਾਬਰੀ ਦਾ ਮੈਚ ਆ ਆਓ ਸਾਹਮਣੇ ਕਹਿੰਦੇ ਬਰਾਬਰ ਦਾ ਮੈਚ ਹੈ ਕਹਿਣ ਦੀ ਗੱਲ ਆ ਵੀ ਮੁੰਡੇ ਕਹਿੰਦੇ 50-50 ਮੈਚ ਕਹਿੰਦੇ ਖੇਡ ਕਦੇ ਜਾ ਰਹੇ ਹੈ ਬਾਲ ਪਾਉਣ ਲਈ ਕਹਿੰਦੇ ਗੱਭਰੂ ਫੇਰ ਤਿਆਰ ਦਾ ਤਿਆਰ ਹੈ ਧੂਰੀ ਵਾਲਾ ਕਹਿੰਦੇ ਹਰਮਨ ਹੈ ਪਰਾਂ ਨਨਹੇੜੇ ਵਾਲਾ ਜਿੰਨਾ ਨਿੱਕਾ ਹੈ ਓਨਾ ਹੀ ਦੇਖਾ ਕੱਦ ਭਾਵੇਂ ਕਹਿੰਦੇ ਸਬਸਿਡੀ ਦੇ ਸਿਲੰਡਰ ਜਿੱਡਾ ਹੈ ਪਰ ਵੇਖ ਲੈ ਵੀ ਕੰਮ ਕਿੱਡੇ ਕਰੀ ਤੁਰੇ ਆਉਂਦਾ ਹੈ ਨਨਹੇੜੇ ਵਾਲਾ ਕਹਿੰਦੇ ਗੁਲਾਬ
ਕਿਉਂਕਿ ਕਹਿੰਦੇ ਸਿੰਘ ਦੱਸਾਂ ਲੱਗਿਆ ਇਹ ਕਹਿੰਦੇ ਮੇਰੇ ਪੰਜਾਬੀ ਨੇ ਕੈਪਟਨ ਵਾਲੇ ਸਤੀਸ਼ ਨਾਲ ਪਹਿਲਾਂ ਚਾਰ ਪੰਜ ਸਾਲ ਬੜੀ ਮਿਹਨਤ ਕੀਤੀ ਹੈ ਮੁੰਡਿਆਂ ਨੇ ਅੰਡਰ ਖੇਡ ਖੇਡ ਕੇ ਉੱਪਰ ਦੇ ਵਿੱਚ ਹਲਕਾ ਬਚਾਇਆ ਹੋਇਆ ਨੇ ਵੀ ਅੱਜ ਕੱਲ ਕਹਿੰਦੇ ਕਲਕੱਤਾ ਖੇਡਦਾ ਪਹਿਲਾਂ ਹੁੰਦੀਆਂ ਸਤੀਸ਼ ਦੀਆਂ ਕਹਿੰਦੇ ਕੈਪਟਨ ਵਾਲੇ ਦੀਆਂ ਜੋੜੀ ਕਹਿੰਦੇ ਪ੍ਰਸਿੱਧ ਰਹੀ ਹੈ ਜੋੜੀ ਬੜੀ ਪ੍ਰਸਿੱਧ ਹੈ ਬੜਾ ਦਿਮਾਗੀ ਸਿੰਗਲ ਪਾ ਲਿਆ ਪਿਛਲੀ ਬਾਲ ਤੇ ਕਹਿੰਦੇ ਫੁੱਲ ਸ਼ਾਟ ਖੇਡ ਕੇ ਤਿੰਨ ਓਵਰ 58 ਰਹਿ ਗਏ ਬਾਈ ਕਰ ਦੋ ਮੈਚ ਨੂੰ ਸਿਰੇ ਰੋ ਸਾਰੇ ਭਰਾ ਸਿੰਗਲ ਪਾ ਕੇ ਫੇਰ ਸਟ੍ਰਾਈਕ ਆਪਣੇ ਕੋਲ ਕਰ ਲਿਆ ਬੜਾ ਕਹਿੰਦੇ ਦਿਮਾਗੀ ਖਿਡਾਰੀ ਹੈ ਉਮਰ ਨਿੱਕੀ ਹੈ ਪਰ ਗੱਲਾਂ ਕਹਿੰਦੇ ਬੜੀਆਂ ਕਰਵਾਉਂਦੇ ਨਾ ਗਰਾਉਂਡਾਂ ਦੇ ਅੰਦਰ ਓਵਰ ਦੀ ਜਿਹੜੀ ਕਹਿੰਦੇ ਮੈਚ 50-50 500 ਬਾਅਦ 52 ਰਨ ਹੈ ਗੋਬਿੰਦਪੁਰੀ ਦੀ ਟੀਮ ਪਕੜ ਮਜ਼ਬੂਤ ਕਰੀ ਬੈਠੀ ਹੈ ਪੁੰਨਾ ਦੀ ਵਿਕਟਾਂ ਵੀ ਡਾਊਨ ਸੀ ਪਰ ਇਹਨਾਂ ਦੇ ਦੋਨੇ ਬਾਹਰਲੇ ਦੇ ਖੜੇ ਹੈ ਇਹਦੇ ਆਹ ਓਵਰ ਦੇ ਵਿੱਚ ਹੁਣ ਪਿੰਡ ਵਾਲਿਆਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਬਾਅਦ ਸਾਹਮਣੇ 52 ਬਣ ਗਏ ਤੇ 58 ਰਹਿ ਗਏ ਮੈਨੂੰ ਲੱਗਦਾ 110 ਬਣਾਉਣੇ ਹੈ 52 ਬਣ ਗਏ ਤੇ 58 ਰਹਿ ਗਏ 18 ਬਾਲਾਂ ਦੇ ਵਿੱਚ ਹੁਣ ਬਾਲ ਕੌਣ ਪਾਵੇਗਾ ਗੱਲਾਂ ਕਦੇ ਸਮੇਂ ਦੀ ਹੋਣਗੀਆਂ ਭਾਈ ਰੂਪੇ ਵਾਲਾ ਫੱਪੂ ਵੀ ਖੇਡ ਕਰਿਓ ਮੈਚ ਨੂੰ ਭਾਈ ਰੂਪੇ ਵਾਲਾ ਫੱਪੂ ਅੱਜ ਖੇਡੂ ਯੂਰਪ ਚੀਮਾ ਦਾ ਕਦੇ ਪੁੱਤ ਬਣ ਗਏ ਤੇ ਭਾਈ ਰੂਪੇ ਦੀ ਟੀਮ ਨੂੰ ਵੀ ਮੁਬਾਰਕਬਾਦ ਹੈ ਪਿਛਲੇ ਦਿਨ ਕਹਿੰਦੇ ਮੁੰਡਿਆਂ ਨੇ ਟੌਪ ਦਾ ਮੇਲਾ ਦਿੱਤੇ ਆ ਬੱਲੇ ਬੱਲੇ ਕਹਿੰਦੇ ਕਰਵਾਈ ਆ ਮੁੰਡੇ ਇਕੱਠੇ ਹੋ ਕੇ ਖੇਡ ਰਹੇ ਆ ਬੁੱਢੀ ਵਰਗੇ ਕਾਲੇ ਵਰਗੇ ਜੱਸੀ ਮਾਸਟਰ ਵਰਗੇ ਫੱਪੂ ਵਰਗੇ ਏਕਤਾ ਦੇ ਵਿੱਚ ਬਾਲ ਹੈ ਪਹਿਲੀ ਕਲਾਸ ਤੋਂ ਪੜ੍ਹਦੇ ਆ ਰਿਹਾ ਦਾ ਵੀ ਲਾਂਗਾ ਰਿਹਾ ਵੀ ਏਕਤਾ ਦੇ ਵਿੱਚ ਬਾਲ ਹੈ ਬਾਕੀ ਏਕਤਾ ਦੇ ਵਿੱਚ ਬਾਲ ਆ ਪਰ ਜਿਹੜੇ ਧੋਤੇ ਵਾਲੀ ਫਿਲਮਾਂ ਪਾਉਂਦੇ ਆ ਨਾ ਉਹ ਬਾਲ ਦਾ ਕਹਿੰਦੇ ਬਾਹਲਾ ਕੁਝ ਕਰ ਦਿੰਦੇ ਆ ਲਓ ਸਾਹਮਣੇ ਬਾਲ ਪਾਉਂਦੇ ਨੇ ਮੁੰਡਾ ਕਹਿੰਦੇ ਤਿਆਰ ਹੈ ਸ਼ੇਨੀ ਵੱਲੋਂ 51,100 ਰੁਪਇਆ ਜੇ ਭਿੰਦਰ ਨੇ ਕਹਿੰਦੇ ਗੁਲਾਮ ਨੂੰ ਮੋੜਤਾ ਮਿਲ ਗਿਆ ਚੇਨੀ ਵੱਲੋਂ 51,100 ਵੀ ਆਇਆ ਸੀ ਮੇਰੇ ਉਹ ਵੀ ਕੈਨੇਡਾ ਆ ਗਿਆ ਕਹਿੰਦੇ ਪਿਛਲੇ ਸਾਲ ਇੱਥੇ ਸੀਗਾ ਬੱਬੂ ਨਾਲ ਗਿਆ ਇੱਕ ਗੱਲ ਹੈ ਇਹਦੇ ਤੇ ਇੱਜ਼ਤ ਬਾਹਲੀ ਕਰਦੇ ਪਰ ਚੇਨੀ ਜੀ ਨੀ ਇੱਜ਼ਤ ਕਿਸੇ ਨੇ ਨੀ ਕਰਨੀ ਤੇ ਚੇਨੀ ਤੈਨੂੰ ਘਰ ਹੀ ਆ ਰਹਾ ਜੇ ਇੱਜ਼ਤ ਦੇ ਵਿੱਚ ਚੇਨੀ ਕਰਦਾ ਯਾਰ ਉਹ ਵੱਖਰੀ ਹੋਇਆ ਰਾਓ ਸਾਹਮਣੇ ਬਾਲ ਪੈਗੀ ਤੇ ਅਪੀਲ ਤੇ ਹੋਈ ਹੈ ਪਰ ਫੈਸਲੇ ਮੱਖਣ ਕਹਿੰਦੇ ਸੰਗਰੂਰ ਵਾਲੇ ਰਿਹਾ ਵੀ ਖਿਡਾਰੀ ਨਾਟ ਆਊਟ ਰਾਓ ਸਾਹਮਣੇ ਨਾਟ ਆਊਟ ਗੁਰਜਰ ਰਾਜਗੜ੍ਹ ਵਾਲਾ ਕਹਿੰਦੇ ਲਾਡੀ ਵੀ ਪੁੱਜ ਗਿਆ ਹੈ ਸਾਡੀ ਖੇਡ ਕਾਸਕੋ ਦਾ ਕਹਿੰਦੇ ਟੌਪ ਦਾ ਖਿਡਾਰੀ ਜਿਹਨੇ ਪਠੇਟੀ ਦੀ ਕਿਹੜੀ ਧਰਤੀ ਹੈ ਪਰ ਰਾਜਗੜ੍ਹ ਪਿੰਡ ਕਹਿੰਦੇ ਭਾਈ ਰੂਪੇ ਦੀ ਕਿਹੜੀ ਗੱਲ ਹੋਈ ਹੈ ਬਾਲ ਪਾਉਣ ਦੀ ਕਹਿੰਦੇ ਗੱਭਰੂ ਫੇਰ ਤਿਆਰ ਪਰ ਤਿਆਰ ਹੈ ਇਹਦਾ ਚਿਗਰੀ ਯਾਰ ਕਹਿੰਦੇ ਬੈਠਾ ਵਿੱਚ ਇੰਗਲੈਂਡ ਦੇ ਰਵੀ ਕਹਿੰਦੇ ਸਲਾਮ ਦੀ ਧਰਤੀ ਦਾ ਕਹਿਣ ਮੁੰਡਿਆਂ ਨੇ ਕਹਿੰਦੇ ਇਲੈਕਟ੍ਰਿਕ ਕਹਿੰਦੇ ਸਕੂਟਰੀ ਦੇ ਕੇ ਫੱਟੇ ਮਾਨ ਕੀਤੇ ਹੈ ਨਵੀਂ ਐਕਟਿਵਾ ਦੇ ਕੇ ਕਹਿੰਦੇ ਫੱਟੇ ਮਾਨ ਕੀਤੇ ਹੈ ਕਹਿੰਦੇ ਬਾਲ ਪਾਉਣ ਦੀ ਕਹਿੰਦੇ ਗੱਭਰੂ ਫੇਰ ਕਹਿੰਦੇ ਤਿਆਰ ਬਰ ਤਿਆਰ ਹੈ ਲਾਓ ਸਾਹਮਣੇ ਗੁਲਾਬ 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 ਬੱਲੇ 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 ਖਿਡਾਰੀ ਥੱਲੇ ਪਹੁੰਚ ਨਹੀਂ ਸਕਿਆ ਬਾਲ ਤੱਕ ਔਰ ਰਨ ਕਹਿੰਦੇ ਦੋ ਦੇ ਮੁੰਡੇ ਵਾਲੇ ਪਾਤੇ ਜਿਹੜੇ ਇੱਕ ਰੁੱਤੇ ਹੈ 16-56 ਰਨ ਕਹਿੰਦੇ ਦੋ ਦੇ ਵਾਧੇ ਆਹ ਜਿਹੜੇ ਹੋ ਗਏ ਚੈਨੀ ਦਾ 5100 ਲੱਗਿਆ ਤੇ ਦੇਖਾਂਗੇ ਵੀ ਗੱਲ ਕਿੱਦਾਂ ਦੀ ਬਣ ਰਹੀ ਹੈ ਮੈਂ ਪਹਿਲਾਂ ਦੱਸਿਆ ਜਦੋਂ ਭਿੰਦਰ ਬੈਟਿੰਗ ਕਰਦਾ ਸੀਗਾ ਵੀ ਆਹ ਮੁੰਡਾ ਬਾਲਾਂ ਬਣਾ ਕੇ ਚੱਲ ਰਿਹਾ ਪਹਿਲਾਂ ਅੱਜ ਬੈਟਿੰਗ ਵਾਲੇ ਟੌਪ ਦੀ ਕਰ ਗਈ ਹੈ ਤੇ ਹੁਣ ਬਾਲਾਂ ਪਾਉਂਦੇ ਨੇ ਹਫ਼ਤੇ ਦਰ ਕਹਿੰਦੇ ਫੇਰ ਮੇਰੇ ਮਿੱਤਰ ਵਾਧਾ ਖੇਡਦੇ ਮੈਦਾਨ ਦਾ ਲਓ ਪਿੰਡੀ ਬਾਲ ਏ ਬੱਲੇ 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 ਵੱਧ ਬਣੂ ਤੇ ਮੈਨੂੰ ਲੱਗਦਾ ਚਾਚੇ ਕਹਿੰਦੇ ਹੋ ਜਾਣੇ ਹੈ ਲਾ ਦੁਰਗੇ ਪਾਸੇ
ਸਰਤਾਜ ਵਾਲਾ ਕਹਿੰਦਾ ਕਹਿੰਦਾ ਵੀ ਕੋਈ ਨੀ 100 ਭੇਜਦੇ ਵੀ ਉੱਪਰਲੇ ਉਹ ਸਰਤਾਜ ਵਾਲਾ ਕਹਿੰਦਾ ਮੈਂ ਕੱਟ ਕੇ ਕਵੰਜਾ ਸੋ ਦੇ ਦੇਣਾ ਸਾਹਮਣੇ ਕਹਿੰਦੇ ਕਹਿੰਦੇ ਟਿਕਾਣੇ ਲੱਗੀ ਰਹੀ ਹੈ ਬਾਲ ਪਾਉਣ ਦੇ ਭਿੰਦਰ ਕਹਿੰਦੇ ਫੇਰ ਬਾਅਦ ਲੈਫਟੀ ਵਾਲਾ ਪਾਉਂਦਾ ਤੇ ਰਾਈਟੀ ਵਾਲੇ ਰਾਜ ਹੈ ਐਨ ਕਹਿੰਦੇ ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਫੇਰ ਬਾਅਦ ਭਿੰਦਰ ਮੇਰੇ ਮਿੱਤਰ ਹੁਣ ਇਹ ਮੈਚ ਬਦਲਣ ਵਾਲੀ ਵਿਕਟ ਕੱਢ ਦਿੱਤੀ ਹੈ ਪਰ ਮੈਚ ਅਜੇ ਮੁੱਕਿਆ ਨੀ ਮੈਚ ਬੜਾ ਬਾਕੀ ਹੈ ਕ੍ਰਿਕਟ ਇਹ ਨੀ ਪਤਾ ਵੀ ਕਿਹੜਾ ਖਿਡਾਰੀ ਚੱਲ ਗਿਆ ਤੇ ਰਨ ਚੇਸ ਕਰਦੇ ਰਹੇ ਹੈ ਲਾ ਬਾਲ ਪਾਉਣ ਲਈ ਭਿੰਦਰ ਕਹਿੰਦੇ ਫੇਰ ਤੇ ਸਾਹਮਣੇ ਕਹਿੰਦੇ ਗੁਰਵੀਰ ਆ ਗਿਆ ਮੇਰੇ ਵੀਰਿਆ ਪੈ ਗਈ ਪਰ ਭਿੰਦਰ ਭਿੰਦਰ ਵਾਹੇ ਮੰਡਿਆ ਬਾਲਾ ਕਹਿੰਦੇ ਕਮਾਲਦੀਆਂ ਨੇ ਵੀ ਚਾਰ ਪਾਤੀਆਂ ਤੇ ਰਨ ਕਹਿੰਦੇ ਦੋ ਹੀ ਖਰਚ ਕੀਤੇ ਹੈ ਤੇ ਇੱਕ ਫੱਟੀ ਦੇ ਮੈਚ ਬਦਲਣ ਵਾਲਾ ਵਰਤਾ ਸਾਹਮਣੇ ਪਹਿਲਾਂ ਬੈਟਿੰਗ ਵੀ ਟੌਪ ਦੀ ਕੀਤੀ ਹੈ ਭਿੰਦਰ ਕਹਿੰਦੇ ਮੁੰਡਾ ਕਹਿੰਦੇ ਬਾਲ ਪਾਉਣ ਲਈ ਤਿਆਰ ਹੈ ਲੈ ਵੀ ਗੋਬਿੰਦਪੁਰੇ ਵਾਲਿਆ ਟੌਪ ਦੇ ਛੱਕੇ ਮਾਰਨੇ ਪੈਣੇ ਜੇ ਮੈਚ ਜਿੱਤਣਾ 18 ਪਹਿਲਾਂ 52 ਸੀ 18 ਪਹਿਲਾਂ 52 ਰਹਿੰਦੇ ਸੀਗੇ ਮੈਚ ਉੱਥੇ ਤੱਕ ਬਰਾਬਰੀ ਤੇ ਚੱਲਿਆ ਤੇ ਹੁਣ ਕੁਝ ਨਾ ਕੁਝ ਕਰਨਾ ਪੈਣਾ ਹੈ ਲਓ ਸਾਹਮਣੇ ਪੈਂਦੀ ਹੋਈ ਬਾਲ ਖੇਡ ਦੇ ਗਰਾਊਂਡ ਦੇ ਅੰਦਰ ਵੀ ਚਿੱਪ ਕੱਢ ਕੇ ਯਾਰਾਂ ਨੇ ਇੱਕ ਕੱਢ ਕੇ ਉਹ ਕੀਤੀ ਠੋ ਕੇ ਤਸੱਲੀ ਵਾਲੀ ਚੰਦ ਮਿੱਤਰੋ ਰਾਜੇ ਖੇਲੇ ਅੱਪ ਦਾ ਵੀ ਸਿਰਾ ਹੋ ਗਿਆ ਇਹ ਝੜ ਗਈ ਸ਼ਰੀਰਾਂ ਵਾਲੀ ਠੰਡ ਮਿੱਤਰ ਕਈਆਂ ਦੀ ਝੜ ਗਈ ਤੇ ਕਈਆਂ ਦੀ ਝੜ ਜਾਣੀ ਹੈ ਕਹਿੰਦੇ ਸੰਗਰੂਰ ਬ੍ਰੇਕਾਂ ਮਾਰੀਆਂ ਸਾਲੂ ਵਾਲੀਆਂ ਨੇ ਵੀ ਟੱਪ ਜਾਣੀ ਸੀ ਨਹੀਂ ਤੇ ਲਓ ਸਾਹਮਣੇ ਪੈਂਦੀ ਫਿਲਹਾਲ ਲਓ ਇਹਦੇ ਨਾਲ ਹੀ ਓਵਰ ਦੀ ਜਿਹੜੀ ਸਮਾਪਤੀ ਹੋ ਗਈ 56 ਰਨ ਵੜ ਗਏ ਆ ਠੀਕ ਹੈ ਹੈਰੀ ਹੁਣ ਕਹਿੰਦੇ 54 ਰਹਿ ਗਏ ਸਹੀ ਗੱਲ ਕੀ ਜਾਂਦੀ ਹੈ 9 ਛੱਕੇ ਰਹਿ ਗਏ ਤੇ ਆ ਓਵਰ ਬਿਨਾਂ ਬਾਉਂਡਰੀ ਤੋਂ ਨਿਕਲ ਗਿਆ ਆ ਮੈਨੂੰ ਲੱਗਦਾ ਵੀ ਅਮਨ ਨੰਬਰਦਾਰ ਹਰੀਰ ਦਾ ਨਾਮ ਜੁੜਿਆ ਹੋਇਆ ਹੈ ਬੜਾ ਮਾਣ ਕਰਦਾ ਦਾਸੀ ਬੜਾ ਧੰਨਵਾਦ ਅਮਨ ਨੰਬਰਦਾਰ ਜ਼ਿੰਦਗੀ ਦਾ ਮਾਣ ਹਰੀਰ ਪਿੰਡ ਵਾਲਾ ਨਹਿਰ ਦੇ ਕੰਡੇ ਦੀ ਕਿਹੜੇ ਵਸਿਆ ਪਿੰਡ ਹੈ ਗੱਲਾਂ ਕਿਹੜੀ ਹੁੰਦੀ ਹੈ ਸਾਰੇ ਭਰਾਵਾਂ ਦਾ ਕਿਹੜੇ ਧੰਨਵਾਦ ਨਿੰਦੀ ਸਰਪੰਚ ਆ ਗਿਆ ਬਾਲ ਪਾਉਣ ਦੇ ਲਈ ਕਹਿੰਦੇ ਖੇਡ ਦੇ ਗਰਾਊਂਡ ਦੇ ਅੰਦਰ ਲਓ ਸਾਹਮਣੇ ਪ੍ਰੋਫੈਸਰ ਸਾਹਿਬ ਵੀ ਆ ਗਏ ਨੇ ਬਾਲ ਪਾਉਣ ਦੇ ਲਈ ਲਓ ਨਿੰਦੀ ਦੀਆਂ ਬਾਲਾਂ ਪੈਣਗੀਆਂ ਤੇ ਸਾਹਮਣੇ ਪਹਿਲੀ ਓਕੇ ਦੇ ਕਨਾਲ ਦੀ ਜਿਹੜੀ ਪਾ ਦਿੱਤੀ ਹੈ ਨਿੰਦੀ ਬਾਕੀ ਅੱਜ ਵੀ ਕਿਸੇ ਨਾਲ ਜੁੜਿਆ ਹੋਇਆ ਕਹਿ ਸਕਦੇ ਵੀ ਜ਼ਿੰਦਗੀ ਬਾਹਲੀ ਬੀਜ਼ੀ ਚੱਲ ਰਹੀ ਹੈ ਕਹਿੰਦੇ ਪਹਿਲਾ ਓਵਰ ਪਾਇਆ ਪਿੰਡ ਦੀ ਟੀਮ ਦੇ ਲਈ ਤੇ ਅੱਜ ਕਹਿੰਦੇ ਪੰਜਵਾਂ ਲੈ ਕੇ ਆਇਆ ਇਹ ਵੀ ਗੱਲ ਹੈ ਕਹਿੰਦੇ ਸਮੇਂ ਸਵੇਰੀਆਂ ਪਰ ਅੱਜ ਵੀ ਸਮੇਂ ਸਮੇਂ ਦੀ ਗੱਲ ਹੈ ਲਓ ਸਾਹਮਣੇ ਨਿੰਦੀ ਦੀਆਂ ਕਹਿੰਦੇ ਬਾਲਾਂ ਪੈਂਦੀਆਂ ਖੇਡ ਦੇ ਗਰਾਊਂਡ ਦੇ ਅੰਦਰ ਵੀ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਇੱਧਰ ਸੰਭਾਲੇ ਸਾਥੋਂ ਜਾਂਦੇ ਲੋਟਣਾ ਕਦੇ ਕੱਖੋਂ ਹੋਰ ਇਹਨਾਂ ਕਮਾਈਆਂ ਰਹਿੰਦੀਆਂ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਲਈ ਬੰਦੇ ਆ ਚੜਾਈਆਂ ਰਹਿੰਦੀਆਂ ਸਮੇਂ ਦੇ ਨਾਲ ਸਾਰਾ ਕੁਝ ਬਦਲ ਜਾਂਦਾ ਹੈ ਬਾਲ ਪਾਉਣ ਲਈ ਕਿਹੜੇ ਦਿੰਦੀ ਫੇਰ ਕਿਹੜੇ ਤਿਆਰ ਬਤਿਆਰਾ ਸਮਾਂ ਬੜਾ ਰਫਤਾਰ ਦੇ ਵਿੱਚ ਚੱਲਦਾ ਹੈ ਬਾਲ ਪਾਉਣ ਲਈ ਕਿਹੜੀ ਖਬਰ ਤਿਆਰ ਹੈ ਲਵੀ ਦਿਲ ਆ ਰਿਹਾ ਤੇਰੇ ਤੇ ਮਾਣ ਕੀਤਾ ਤੇ ਮਾਣ ਤੇ ਖਰਾਬ ਭਰਨਾ ਪੈਣਾ ਨੌਜਵਾਨਾਂ ਹੈ ਕਹਿੰਦੀ ਕੋਈ ਗਾਲ ਉਧਰਲੇ ਪਾਸੇ ਸੰਗਰੂਰ ਵਾਲੇ ਮੱਖਣ ਵਾਲੀ ਕਹਿੰਦੇ ਧੰਨਵਾਦ ਆ ਮੁੰਡਾ ਰਾਜਪੂਤ ਪਰਿਵਾਰ ਦਾ
ਐਨ ਮੇਲਾ ਵੀ ਕਰਵਾਉਂਦੇ ਆ ਮੁੰਡੇ ਕਿਤੇ ਰਾਜਕੀਸ਼ਵਰ ਗੱਲਾਂ ਕਿਹੜੇ ਹੁੰਦੀਆਂ ਜਾਲ ਪਾਉਣ ਲਈ ਕਿਹੜੀ ਕਮਰੂ ਫੇਰ ਤਿਆਰ ਬਰ ਤਿਆਰ ਹੈ ਖੇਡ ਦੀ ਗਰਾਊਂਡ ਦੇ ਅੰਦਰ ਜੋਧਪੁਰ ਚੀਨਾ ਤੇ ਨਾਲ ਬੀਓ ਕਿਹੜੇ ਮੁੰਡੇ ਰੈਡੀ ਹੈ ਬਹੁਤ ਸੋਹਣਾ ਲੈ ਬਈ ਜੇ ਸ਼ਾਟ ਵਧੀਆ ਲੱਗੇ ਤਾਂ ਤਾੜੀ ਮਾਰ ਦੋ ਜ਼ੋਰਦਾਰ ਲਗਾਤਾਰ ਦੋ ਛੱਕੇ ਵੱਜ ਗਏ ਨੇ ਲਓ ਗੱਲਾਂ ਕਦੇ ਟਿਕਾਣੇ ਲਾ ਦਿੱਤੀਆਂ ਮੁੰਡਿਆਂ ਦੇ ਛੱਕੇ ਕਦੇ ਵਧੀਆ ਹੈ ਪਾਲ ਪਾਉਣ ਦੇ ਲਈ ਨਿੰਦੀ ਕਦੇ ਫੇਰ ਆਓ ਤਿਆਰੀ ਦੇ ਵਿੱਚ ਹੈ ਮੇਰੇ ਮਿੱਤਰੋ ਲਓ ਸਾਹਮਣੇ ਪੈਂਦੀ ਬਾਲ ਦੇ ਉੱਤੇ ਸਾਹਮਣਾ ਕਰਨ ਦੇ ਲਈ ਮੁੰਡੇ ਕਹਿੰਦੇ ਐਨ ਗੋਬਿੰਦਪੁਰੇ ਵਾਲੇ ਸੀਪੇ ਵਰਗੇ ਕਰਦੇ ਆ ਕਮਾਲ ਬਾਲ ਲੈਣੀ ਨਿੰਦੀ ਤਕੜਾ 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 ਅੱਗੇ ਪੌੜੀ ਪੈਣੀਆਂ ਜਿਹੜੇ ਭਰਾ ਸਾਡੇ ਸੇਵਾਦਾਰ ਨੇ ਬਾਈ ਜੀ ਸਟੇਜ ਤੇ ਚਾਹ ਪਾਣੀ ਪਹੁੰਚਦਾ ਕਰਦੀ ਆਪਾਂ ਨਾਲੇ ਪਾਣੀ ਨਾਲੇ ਚਾਹ ਜਿਹੜੀ ਜ਼ਰੂਰ ਪਾਉਂਦੀ ਕਰਦੀ ਜਿਹੜੇ ਸੇਵਾਦਾਰ ਨੇ ਬਾਈ ਜ਼ਰੂਰ ਸੁਣੀ ਆਪਾਂ ਗੌਰ ਨਾਲ ਜਿਹੜੇ ਸਟੇਜ ਤੇ ਮਹਿਮਾਨ ਬੈਠੇ ਆ ਜ਼ਰੂਰ ਜਿਹੜਾ ਚਾਹ ਪਾਣੀ ਪਹੁੰਚਦਾ ਕਰਦੀ ਹੈ ਬੜਾ ਧੰਨਵਾਦ ਭਰਾਵਾਂ ਦਾ ਲੈਦਰਲੇ ਪਾਸੇ ਬਾਲ ਪਾਉਣ ਲਈ ਕਹਿੰਦੇ ਨਿੰਦੀ ਮੁੰਡਾ ਕਹਿੰਦੇ ਫੇਰ ਤਿਆਰ ਬਰ ਤਿਆਰ ਹੈ ਐਨ ਬੜਾ ਤਿਆਰ ਹੈ ਤਰੰਤਕਾਂ ਦੇ ਨਾਲ ਪਰ ਸਾਹਮਣੇ ਦੇਖਾਂਗੇ ਮੁੰਡਾ ਸੀਪਾ ਕਹਿੰਦੇ ਵਿਹਲਾ ਸੀ ਹਮਲਾ ਕਿੰਨੇ ਵਾਲਾ ਕਿੰਨੇ ਰਹਿ ਗਏ ਨਾਲ ਸਾਹਮਣੇ ਦੇਖਾਂਗੇ ਛੱਕੇ ਦੇ ਨਾਲ ਵੀ ਸੱਤ ਗ੍ਰਹਿ ਗਏ ਰਵੀ ਆ ਅੱਖਾਂ ਵਾਲਾਂ ਦੇ ਵਿੱਚ ਖਿਡਾਰੀ ਮੌਜੂਦਾ ਦੇ ਵਿਗੜਵਾ ਜਿਹੜਾ ਪੱਧਰ ਹੋ ਗਿਆ ਸੀਪੇ ਨੂੰ ਮੁੜਨਾ ਪੈ ਗਿਆ ਹੁਣ ਸੱਤ ਬਾਲਾਂ ਦੇ ਵਿੱਚ 42 ਰਹਿ ਗਏ ਜਿੱਤਣ ਦੇ ਲਈ ਲਓ ਸਾਹਮਣੇ ਸੱਤ ਬਾਲਾਂ ਸੱਤ ਛੱਕੇ ਜਿਹੜੇ ਬਾਕੀ ਨੇ ਲਾਸਟ ਬਾਲ ਪੰਜ ਮੈਂਬਰ ਦੀ ਕਿਹੜੀ ਜਿਹੜੀ ਪੈਣੀ ਹੈ ਆਓ ਜੀ ਜਲਦੀ ਨਾਲ ਦੋਨੋਂ ਟੀਮਾਂ ਜਿਹੜੀਆਂ ਰੈਡੀ ਰਹੇ ਇਸ ਤੋਂ ਬਾਅਦ ਬੀਓ ਕੇ ਦੇ ਨਾਲ ਲਾਸਟ ਮੈਚ ਪਹਿਲੇ ਜਿਹੜੀ ਯੂਰਪਰ ਪਾਖਰ ਦੀ ਗੱਲ ਹੋਈ ਹੈ ਜਿੱਥੋਂ ਦਾ ਰਿਪਣ ਬੈਠਾ ਵਿੱਚ ਕੈਨੇਡਾ ਦੇ ਆਉਂਦੇ ਸਾਲ 2025 ਦੇ ਵਿੱਚ ਕਹਿੰਦਾ ਆ ਕੇ ਮੇਲਾ ਕਰਵਾਉਣਾ ਸਕਾਲਜ ਲਈ ਵੱਡਾ ਸਰਪ੍ਰਾਈਜ਼ ਲੈ ਕੇ ਆਊਗਾ ਵੱਡਾ ਧੰਨਵਾਦ ਹੈ ਅੱਜ ਇੱਥੇ ਵੀ ਰਿਸ਼ਤੇਦਾਰੀਆਂ ਦਾ ਵੀ ਗੂੜੀਆਂ ਨੇ ਉਧਰਲੇ ਪਾਸੇ ਦੇਖਾਂਗੇ ਵੀ ਛੇ ਬਾਲਾਂ ਆਓ ਲਾਸਟ ਓਵਰ ਬਾਲ ਪਾਉਣ ਲਈ ਕੌਣ ਆ ਗਿਆ ਜੰਟ ਆ ਗਿਆ ਮੇਰੇ ਵੀਰੋ ਇਹਦਾ ਐਕਸ਼ਨ ਵੱਖਰਾ ਤੇ ਇਹਦੀ ਲੈਗਸ ਤੇ ਉਹਦੇ ਚ ਜੰਟਾ ਕਬੀਲਦਾਰ ਆ ਗਿਆ ਇਹਨੂੰ ਕਹਿੰਦੇ ਪਹਿਲੀਆਂ ਚ ਖਿਤਾਬ ਦਿੱਤੇ ਸੀ ਕਬੀਲਦਾਰ ਨੇ ਇਹ ਕਹਿੰਦੇ ਜੰਟਾ ਕਬੀਲਦਾਰ ਬਾਲ ਪਾਉਣ ਲਈ ਕਹਿੰਦੇ ਤਿਆਰ ਬਤਿਆਰਾ ਪੁਰਾਣਾ ਖੁੰਡ ਹੈ ਲਗਭਗ ਪਾਸੇ ਉਮਰਾ ਹੋ ਗਈ ਖੇਡਦੇ ਨੂੰ ਇਹ ਮੈਨੂੰ ਲੱਗਦਾ ਵੀ 20 ਸਾਲ ਦਾ ਕੈਰੀਅਰ ਹੋਊਗਾ ਮੁੰਡੇ ਦਾ ਵੀ ਕ੍ਰਿਕਟ ਦੇ ਨਾਲ ਕਦੇ ਜੁੜੇ ਹੋਏ ਦਾ ਬਾਲ ਪਾਉਣ ਲਈ ਕਦੇ ਤਿਆਰ ਬਤਿਆਰਾ ਦਾ ਵੀ ਯੋਗ ਮੁੰਡੇ ਬਾਜੀ ਮਾਰਦੇ ਨਜ਼ਰ ਆ ਰਿਹਾ ਪੰਨਾਲੀਏ ਵਾਕਈ ਵਾਕਈ ਹੁਣ ਤੇ 7 ਛੱਕੇ 5 ਬਾਲਾਂ ਦੇ ਵਿੱਚ ਹੁਣ ਤੇ ਜਿਹੜੇ 450 ਤੋਂ ਦੁਨੀਆ ਵੀ ਡੇਢ ਕਸਾਈ ਰਹਿ ਗਈ ਹੈ ਯਾਰ ਲੋਕੀ ਕਹਿੰਦੇ ਵੀ ਪੰਨਾਲੀ ਕਹਿੰਦੇ ਜਿੱਤੀ ਜਾਣ ਅਗਲੇ ਰਾਊਂਡਾਂ ਦੇ ਵਿੱਚ ਗੱਲਾਂ ਟਕਾਰੇ ਲੱਗਣਗੀਆਂ ਅਗਲਾ ਮੈਚ ਬੜਾ ਤਕੜਾ ਬੀਓਕੇ ਦੇ ਨਾਲ ਯੋਧਪੁਰ ਚੀਮਿਆਂ ਦੀ ਟੀਮ ਖੇਡੂ ਮੇਰੇ ਮਿੱਤਰੋ ਬੀਓਕੇ ਤੇ ਯੋਧਪੁਰ ਚੀਮਿਆਂ ਦਾ ਅਗਲਾ ਜਿਹੜਾ ਮੈਚ ਖੇਡਿਆ ਜਾਵੇਗਾ ਉਹ ਤਕੜਾ ਮੈਚ ਕਹਿੰਦੇ ਮੇਰੇ ਮਿੱਤਰੋ ਜਿਹੜਾ ਲਾਸਟ ਪਹਿਲੇ ਰਾਊਂਡ ਦਾ ਖੇਡਿਆ ਜਾਣਾ ਹੈ ਪੈਂਦੀ ਬਾਲ ਦੇ ਉੱਤੇ ਯੋਰ ਲਾਉਂਦੇ ਖਿਡਾਰੀ ਪਰ ਚੱਲਦਾ ਮੈਚ ਸਮਾਪਤੀ ਦੇ ਵੱਲ ਦੋ ਤਿੰਨ ਬਾਲਾਂ ਜਿਹੜੀਆਂ ਬਾਕੀ ਨੇ ਤੇ ਕਹਿੰਦਾ ਕਿ ਕਾਫੀ ਵਧੀਆ ਬਾਲਾਂ ਪਾਈ ਤੁਰੇ ਆਉਂਦਾ ਹੈ ਬਾਕੀ ਜਿਹੜੇ ਯੋਧਪੁਰ ਚੀਮਾ ਪਿੰਡ ਜਿਹੜੇ ਬਰਨਾਲੇ ਦਾ ਜਦੋਂ ਜਾਈਏ ਪੱਖੋ ਨੂੰ
ਲੈ ਵੀ ਵੀਰੋ ਕੇ ਵਾਲਿਆ ਐਂਡ ਰਸਤੇ ਦੇ ਵਿੱਚ ਕਹਿੰਦੇ ਮੇਨ ਹਾਈਵੇ ਤੇ ਪਿੰਡ ਆਉਂਦਾ ਯੋਧਪੁਰ ਚੀਮਾ ਗੱਲਾਂ ਹੁੰਦੀਆਂ ਦੂਜੇ ਪਾਸੇ ਗੋੜਾਵਾਲ ਦੇ ਇਲਾਕੇ ਦਾ ਜਿਹੜਾ ਰੋਡ ਕਹਿੰਦੇ ਭੀਖੀ ਤੋਂ ਸਿੱਧਾ ਬੁਢਲਾਡੇ ਨੂੰ ਜਾਂਦਾ ਹੈ ਐਂਡ ਕਹਿੰਦੇ ਉੱਥੋਂ ਖੱਬੇ ਮੁੜ ਕੇ ਵੀਰੋ ਕੇ ਪਿੰਡ ਵਾਲੀ ਗੋੜਾਵਾਲ ਉਸ ਇਲਾਕੇ ਹੋਈ ਹੈ ਗੱਲਾਂ ਬਾਤਾਂ ਹੋਣਗੀਆਂ ਚੱਲਦਾ ਮੈਂ ਸਮਾਪਤ ਹੈ ਜੀ ਤੁਹਾਡੇ ਪੰਨਾ ਵਾਲੀ ਕੁਲਵਿੰਦਰ ਕੁੰਡੂ ਦਾ ਬਹੁਤ ਬੜਾ ਧੰਨਵਾਦ ਹੈ ਕੁਲਵਿੰਦਰ ਕੁੰਡੂ ਸਾਡਾ ਵੀਰ ਨਾਲ ਗਗਨ ਕਨੇਡਾ ਗੋਰੀ ਕਨੇਡਾ ਜ਼ਿੰਦਗੀ ਦੇ ਮਾਰਜ ਦਾ ਭਰਾਵਾਂ ਨੇ ਵਧੀਆ ਮੇਲਾ ਕਰਵਾਇਆ ਆਪਣੇ ਪਿੰਡ ਦੇ ਵਿੱਚ ਨਵੀਂ ਕਾਲਿਆ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਭਰਾਵਾਂ ਦਾ ਵੈਰੀ ਗੁੱਡ ਵਿਕਟਾਰੀਓ ਜਾਂਟੀ ਨੂੰ ਵਾਹਿਗੁਰੂ ਹੈਲੋ।